जस टीवी देख रहे हो तुसीं, मैं केपी सिंह तुहाडा स्वागत करदा। प्रकाश पुरब मना के असीं स्टूडियो दे विच पहुंच चुके हैं ते करतारपुर लांघा खुल चुकिया हैगा। करतारपुर लांघा खुलण दीआं बहुत बहुत मुबारकां सारिआं नूं जिहड़े साडे पैनल दे विच हिस्सा लैंदे रहे, जिन्हां नूं असीं तिखे सवाल करदे रहे उहनां नूं वी मुबारकां। जिहड़े साडे दर्शक जिन्हां नूं कई सवालां ते इतराज सीगी उहनां नूं वी मुबारकां। जिहड़े साडे सवालां ते खुश सी उहनां नूं वी मुबारकां। इधरले पंजाब ते उधरले पंजाब दोनों नूं मुबारकां। भारत पाकिस्तान दोहां मुल्कां दे बछिंदिआं नूं मुबारकां। पर इन्हां मुबारकां दे विचाले कुछ मुश्किलां हैगियां, उन्हां मुश्किलां की गल करनी लाजमी हैगी है। जे मुश्किलां की गल नहीं करांगे तो मुश्किलां दूर नहीं होणगियां। करतारपुर लांघा सारी संगत पार करना चाहुंदी सी लांघा खुलण तो पहलां, पर जिहड़ा घट उत्साह वाली एक पिक्चर दिखाई जा रही है कि है उस पिक्चर विच रीयल पिक्चर किन्नी है कि है, वह सारे सवाल करने लाजमी है कि मुश्किलां है कि है। ऑनलाइन पोर्टल ते पासपोर्ट वाली दिक्कत है कि है ते $20 सर्विस फीस दा अड़िका किसनों ज़्यादा लगता पे है। बहुत सारे यहोजे सवाल है कि है जिहड़े पुछने लाजमी है तो जिहड़ी संगत नूं इह नहीं पता गा कि पासपोर्ट तो बिना जाया जा सकता कि नहीं जाया जा सकता। वो बेचारे आधार कार्ड लैके जां वोटर कार्ड लैके उत्थे पहुँच रहे, उन्होंने वापस परतना पै रहा है। उन्होंने साड़ी अपील है कि है कि सारा कुछ सोच समझ के जाओ, तुसी इन्ना किराया खर्च करके उत्थे जा रहे हो डेरा बाबा नानक, उत्थे तुहानू वापस परतना पै रहा है। इहदी पूरी प्रक्रिया है, उसको समझने की जरूरत है कि है। असीं सवाल इक्को पुछांगे, लांघे जाण वाली संगत अगे किहड़ा संकट। ਅਸੀਂ ਬਹਿਸ ਕਿਉਂ ਕਰ ਰਹੇ ਹਾਂ ਟੂ ਦਾ ਪੁਆਇੰਟ ਵਿੱਚ ਤੁਹਾਨੂੰ ਦੱਸ ਦਈਏ, ਲਾਂਘਾ ਅਤੇ ਮੁਸ਼ਕਲਾਂ। ਕਰਤਾਰਪੁਰ ਲਾਂਘਾ ਪਾਰ ਕਰਨ ਵਾਲੀ ਸੰਗਤ ਦੀ ਗਿਣਤੀ ਫਿਲਹਾਲ ਉਮੀਦ ਤੋਂ ਉਲਟ ਹੈ। 9 ਤਰੀਕ ਨੂੰ ਇਹ ਲਾਂਘਾ ਖੁੱਲ੍ਹਿਆ ਸੀਗਾ ਅਤੇ ਹੁਣ ਤੀਕਰ ਸੰਗਤ ਦੀ ਗਿਣਤੀ ਹੈ ਜਿਹੜੀ ਜ਼ਿਆਦਾ ਨਹੀਂ ਦਿਖਾਈ ਜਾ ਰਹੀ। ਵਧੇਰੇ ਗਿਣਤੀ ਸੰਗਤ ਨੇ ਔਨਲਾਈਨ ਪੋਰਟਲ ਅਤੇ ਪਾਸਪੋਰਟ ਵਾਲੀ ਦਿੱਕਤ ਦੱਸੀ ਹੈਗੀ ਹੈ ਕਿ ਸਾਡੇ ਕੋਲ ਪਾਸਪੋਰਟ ਹੈ ਨਹੀਂ, ਔਨਲਾਈਨ ਪੋਰਟਲ ਦੇ ਵਿੱਚ ਸਾਨੂੰ ਫਿਲ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ। ਬਹੁਤੇ ਸਿਆਸੀ ਆਗੂਆਂ ਨੂੰ ਅਜੇ ਵੀ $20 ਫੀਸ ਵੱਡੀ ਵਜ੍ਹਾ ਲੱਗਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ $20 ਫੀਸ ਸ਼੍ਰੋਮਣੀ ਕਮੇਟੀ ਅਦਾ ਕਰੇ ਅਤੇ ਜਿਹੜੇ ਪੀਲੇ ਕਾਰਡ ਧਾਰਕ ਹੈਗੇ ਆ ਉਹਨਾਂ ਦੀ ਫੀਸ ਭਰੇ ਅਤੇ ਜਿਹੜੇ ਲੋੜਵੰਦ ਹੈਗੇ ਆ ਉਹਨਾਂ ਦੀ ਫੀਸ ਵੀ ਸ਼੍ਰੋਮਣੀ ਕਮੇਟੀ ਅਦਾ ਕਰੇ। ਸ਼੍ਰੋਮਣੀ ਅਕਾਲੀ ਦਲ ਨੂੰ ਗੁੱਸਾ ਆ ਗਿਆ ਇਸ ਗੱਲ 'ਤੇ, ਕੈਪਟਨ ਸਾਹਿਬ ਕਿਉਂ ਕਹਿ ਰਹੇ ਆ, ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਕਰਤਾ $20 ਫੀਸ ਭਰਨ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ, ਅਤੇ ਉਹਨਾਂ ਨੇ ਆਪਦੀ ਮੁੱਖ ਮੰਤਰੀ ਤੀਰਥ ਯਾਤਰਾ ਵੀ ਗਿਣਾ ਦਿੱਤੀ ਹੈ ਕਾਂਗਰਸ ਸਰਕਾਰ ਨੂੰ। ਸ਼੍ਰੋਮਣੀ ਕਮੇਟੀ ਵੱਲੋਂ ਕਰਤਾਰਪੁਰ ਦੇ ਸ਼ਰਧਾਲੂਆਂ ਲਈ ਕਾਊਂਟਰ ਖੋਲ੍ਹਣ ਦੀ ਪੇਸ਼ਕਸ਼ ਕੀਤੀ ਗਈ ਹੈ ਕਿ ਅਸੀਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸਾਰਿਆਂ ਨੂੰ ਗਾਈਡ ਕਰਾਂਗੇ, ਦੱਸਾਂਗੇ ਕਿਵੇਂ ਜਾਣਾ ਹੈ। ਉਹ ਕਹਿੰਦੇ ਹੈਗੇ ਸਾਨੂੰ ਤਜਰਬਾ ਹੈਗਾ ਜਿੱਥੇ ਕਿਵੇਂ ਭੇਜੇ ਜਾਂਦੇ ਹੈਗੇ ਆ ਅਤੇ ਸੰਗਤ ਨੂੰ ਕਿਵੇਂ ਭੇਜਿਆ ਜਾਂਦਾ ਉੱਥੇ। ਦੋਵਾਂ ਦੇਸ਼ਾਂ 'ਚ ਰੋਜ਼ਾਨਾ 5,000 ਸ਼ਰਧਾਲੂ ਭੇਜਣ ਦਾ ਸਮਝੌਤਾ ਹੋਇਆ ਪਰ ਗਿਣਤੀ ਸੈਂਕੜਿਆਂ ਵਿੱਚ ਅਟਕੀ ਹੈ। ਹਾਲੇ ਤੀਕਰ ਕਿਸੇ ਵੀ ਦਿਨ 1,000 ਸ਼ਰਧਾਲੂ ਨਹੀਂ ਹੋ ਸਕੇ। ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛੁਕ ਸੰਗਤ ਨੇ ਪ੍ਰਕਿਰਿਆ ਸੌਖੀ ਕਰਨ ਦੀ ਮੰਗ ਰੱਖੀ ਹੈ। ਸ਼ਰਧਾਲੂ ਕਹਿ ਕੀ ਰਹੇ ਆ ਪਹਿਲਾਂ ਸੁਣ ਲਈਏ। ਆਹ ਮੇਰਾ ਜਿਹੜਾ ਨਾਟ ਕਨਫਰਮ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ, ਔਰ ਮੇਰੀ ਪਤਨੀ ਦਾ ਕਨਫਰਮ ਆ, ਉਹ ਤਾਂ ਗਏ ਹੋਏ ਨੇ ਅਤੇ ਮੈਂ ਇੱਥੇ ਬਾਹਰ ਹੀ ਖੜ੍ਹਾ ਵਾਂ। ਜੇ ਕਨਫਰਮ ਕਰ ਦਿੰਦੇ, ਆਹ ਮੇਰੀ ਪਤਨੀ ਦਾ, ਆਹ ਮੇਰੀ ਪਤਨੀ ਦਾ ETA ਆ ਜਿਹੜਾ ਕਨਫਰਮ ਹੈ, ਨਰਿੰਦਰ ਕੌਰ। ਔਰ ਇਹ ਮੇਰਾ ਨਾਟ ਕਨਫਰਮ ਦਾ ਵੀ ਹੈਗਾ ਜੀ, ਜਿਹੜਾ ਮੇਰਾ ਵਾ ਨਾਟ ਕਨਫਰਮ ਦਾ। ਅਤੇ ਇਹ ਹੁਣ ਸਰਕਾਰੀ ਜਾਣੇ ਵੀ ਕੀ ਕਰਦੀ ਹੈ, ਜੇ ਲੋਕਾਂ ਨੇ ਔਨਲਾਈਨ ਅਪਲਾਈ ਵੀ ਕੀਤਾ ਸੀ, ਅਪਲਾਈ ਦੇ ਬਾਵਜੂਦ ਉਹਦੀ ਜੋ ਵੀ ਇਨਕੁਆਇਰੀ ਜੋ ਵੀ ਹੋਈ ਸੀ ਸਭ ਕੁਛ, ਉਹ ਹੋਣ ਦੇ ਬਾਵਜੂਦ ਵੀ ਇੱਕ ਪਰਿਵਾਰ ਦੇ ਮੈਂਬਰ ਦਾ ਪਤਨੀ ਦਾ ਕਨਫਰਮ ਆ ਗਿਆ ਅਤੇ ਪਤੀ ਦਾ ਨਾਟ ਕਨਫਰਮ ਆ ਗਿਆ, ਇਹ ਕੀ ਹੋ ਰਿਹਾ ਵਾ, ਇਹਦੇ ਬਾਰੇ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ। 15 ਫੈਮਲੀਆਂ ਮਿਲੀਆਂ ਜਿਹਨਾਂ ਦਾ ਮਤਲਬ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਰਹੇ ਆ। ਕੋਈ ਕਹਿ ਰਿਹਾ ਮੈਂ 20,000 ਖਰਚ ਕੇ ਆਇਆ ਜਹਾਜ਼ 'ਤੇ, ਕੋਈ ਕਹਿ ਰਿਹਾ 15,000 ਖਰਚ ਕੇ, ਕੋਈ ਕਹਿ ਰਿਹਾ ਮੈਂ 30,000 ਖਰਚ ਕੇ ਆਇਆ, ਪਰ ਉਹਨਾਂ ਨੂੰ ਜਵਾਬ ਦੇ ਉੱਥੇ ਕੋਈ ਨਹੀਂ ਹੈਗਾ। ਕਾਫੀ ਜ਼ਿਆਦਾ ਹੰਗਾਮਾ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਕਰਾਈ ਗਈ ਏਜੰਸੀ ਨਾਲ ਅੱਗੇ, ਹੁਣ ਕੋਈ ਨਾ ਕੋਈ ਉਹਨਾਂ ਦੀ ATS ਬਣ ਰਹੀਆਂ ਵਾ ਅਤੇ ਹਾਲੇ ਵੀ ਉਹਨਾਂ ਨੂੰ 2-3 ਘੰਟੇ ਲੱਗ ਸਕਦੇ ਆ। ਉਹ ਮਤਲਬ ਫੈਮਲੀ ਦੇ ਇੱਕ ਜਣੇ ਨੂੰ ਮਿਲੀ ਆ, ਬਾਕੀ ਇੱਕ ਜਣੇ ਨੂੰ ਮਿਲੀ ਆ, ਇੱਕ ਜਣੇ ਨੂੰ ਕਹਿੰਦੇ ਜਾਓ ਅਤੇ ਜਿਹੜਾ ਪਰਿਵਾਰ ਬਾਕੀ ਰਹਿ ਰਿਹਾ ਉਹ ਇਸ ਲਈ ਇੱਕ ਜਣਾ ਵੀ ਜਾਣਾ ਪਸੰਦ ਨਹੀਂ ਕਰ ਰਿਹਾ। ਇਹੀ ਚੀਜ਼ ਆ ਵੀ ਗਰੁੱਪਾਂ ਦੇ ਵਿੱਚ ਨਾ ਆਓ, ਇਕੱਲੇ ਇਕੱਲੇ ਫਾਰਮ ਭਰੋ। ਹਾਲੇ 5 ਮੈਂਬਰ ਆ ਜੀ, ਇਹ ਤਾਂ ਹੋ ਗਿਆ ਨਾਮ ਨਾ ਘਰ ਦਾ ਨਾ ਘਰ ਦਾ, ਨਾ 550 ਸਾਲ ਇੱਧਰ ਦਾ ਇੰਡੀਆ ਦਾ ਨਾ ਪਾਕਿਸਤਾਨ ਦਾ, ਅੱਧੇ ਵਿਚਾਰੇ ਲਟਕਾ ਦਿੱਤਾ ਗੌਰਮੈਂਟ ਨੇ ਸਾਨੂੰ, ਨਾ ਅਸੀਂ ਇੱਧਰ ਜੋਗੇ ਹਾਂ ਮੱਥਾ ਟੇਕਿਆ ਨਾ ਕਲੇ ਟੇਕੇ ਆਪਣੇ, ਇਹ ਖੱਜੋ ਖੁਆਰੀ ਆਈ ਚਾਹੀਦਾ ਗੌਰਮੈਂਟ ਨੇ। ਸੋਚ ਕੇ ਕੀ ਆਏ ਸੀ? ਸੋਚਦੇ ਬਾਬੇ ਨੇ ਦਰ ਖੋਲ੍ਹਿਆ ਸੀ ਜਾ ਕੇ ਮੱਥਾ ਟੇਕੀ। ਲੇਕਿਨ ਗੌਰਮੈਂਟ ਤਾਂ ਕਹਿ ਰਹੀਆਂ ਲਗਾਤਾਰ ਕਿ ਪੋਰਟਲ 'ਤੇ ਅਪਲਾਈ ਕਰੋ, ਤੁਸੀਂ ਅਪਲਾਈ ਕਰਕੇ। ਹੁਣ ਕਈਆਂ ਨਹੀਂ ਪਤਾ ਜੀ, ਅਸੀਂ ਗੱਡੀਆਂ ਚਲਾਉਂਦੇ ਹਾਂ ਕਲਕੱਤੇ ਆਉਂਦੇ ਹਾਂ, ਸਾਨੂੰ ਹੁਣ ਕਿਆ ਪਤਾ ਪਿੱਛੇ ਕੀ ਹੋਏ ਗਏ ਨੇ।
ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ। ਸਵਾਲ ਇਹ ਪੁੱਛਿਆ ਜਾਵੇਗਾ ਕਰਤਾਰਪੁਰ ਲਾਂਘਾ ਪਾਰ ਕਰਨ ਵਿੱਚ ਸੰਗਤ ਲਈ ਅਸਲ ਵਿੱਚ ਝੜੀਕਾ ਹੈ ਕੀ ਹੈ, ਇਸ ਨੂੰ ਸਮਝਣ ਜ਼ਰੂਰਤ ਹੈ ਕਿ ਅਸਲ ਝੜੀਕਾ ਕੀ ਹੈ ਆ। ਇਸ ਸਵਾਲ 'ਤੇ ਸੈਂਟਰ ਦੇ ਵਿੱਚ ਤੁਹਾਨੂੰ ਜਾਣਾ ਪਵੇਗਾ, ਇਸ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਨੇ। ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਬੁਲਾ ਰਿਹਾ, ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸੁਦੇਸ਼ ਸਿੰਘ ਰੋਪੜ ਕਾਂਗਰਸ ਦੇ ਬੁਲਾ ਰਹੇ ਆ, ਰੋਪੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਨੀਲ ਗਰਗ ਆਮ ਆਦਮੀ ਪਾਰਟੀ ਬੁਲਾ ਰਿਹਾ, ਨੀਲ ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਹਰਜੀਤ ਸਿੰਘ ਗਰੇਵਾਲ ਤੁਹਾਨੂੰ ਕਰਨਾ ਚਾਹੂੰਗਾ। ਗਰੇਵਾਲ ਸਾਹਿਬ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ, ਕਰਤਾਰਪੁਰ ਲਾਂਘਾ ਖੁੱਲ੍ਹ ਚੁੱਕਿਆ ਹੈਗਾ, ਸੰਗਤ ਉੱਥੇ ਜਾ ਰਹੀ ਹੈਗੀ, ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ। ਤੁਹਾਨੂੰ ਮੁਬਾਰਕਾਂ ਜੀ, ਤੁਹਾਨੂੰ ਜੀ, ਥੈਂਕ ਯੂ ਜੀ, ਥੈਂਕ ਯੂ। ਗਰੇਵਾਲ ਸਾਹਿਬ ਸਵਾਲ ਇਹ ਹੈਗਾ ਕਿ ਕਹਿੰਦੇ ਆ ਕਿ ਲਾਂਘਾ ਤਾਂ ਖੋਲ੍ਹ ਦਿੱਤਾ ਗਿਆ ਹੈਗਾ, ਪਰ ਲਾਂਘਾ ਖੋਲ੍ਹਣ ਦੇ ਬਾਵਜੂਦ ਵੀ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸੰਗਤ ਦੀ ਗਿਣਤੀ ਵਧੇ, ਇਹ ਇਲਜ਼ਾਮ ਦੇ ਨਾਲ ਤੁਸੀਂ ਕਿੰਨਾ ਇਤਫਾਕ ਰੱਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਚਾਹੁੰਦਾ, ਇਹ ਕਹਿਣਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ, ਐਸਾ ਤਾਂ ਨਿਰਾਧਾਰ ਜਿਹਾ ਆਰੋਪ ਹੈ। ਇਹ ਜ਼ਰੂਰ ਆ ਕਿ ਇਹ ਸ਼ੁਰੂਆਤ ਹੋਈ ਹੈ ਅਤੇ ਇਹਦੇ 'ਚ ਬਹੁਤ ਚੀਜ਼ਾਂ ਕਈ ਵਾਰ ਸਮਝ ਨਹੀਂ ਆਉਂਦੀਆਂ, ਉਹਨੂੰ ਈਜ਼ੀ ਕਰਨ ਦੇ ਵਿੱਚ ਕਾਫੀ ਥੋੜ੍ਹਾ ਸਮਾਂ ਵੀ ਲੱਗਦਾ। ਪਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸੋਚਿਆ ਹੈਗਾ ਕਿ ਅਸੀਂ ਕਾਊਂਟਰ ਖੋਲ੍ਹਾਂਗੇ, ਔਰ ਸਾਡਾ ਐਕਸਪੀਰੀਅੰਸ ਵੀ ਹੈ, ਇਹ ਮੈਂ ਸਮਝਦਾ ਬਹੁਤ ਸ਼ਲਾਘਾਯੋਗ ਕਦਮ ਆ। ਔਰ ਇਹ ਉਹਨਾਂ ਦਾ ਸਵਾਲ ਤੁਹਾਡੇ ਕਾਊਂਟਰਾਂ 'ਤੇ ਕਿਉਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜ੍ਹੀ ਲਾਂਘਾ ਖੋਲ੍ਹਣਾ? ਮੈਂ ਦੱਸ ਦਿੰਦਾ ਜੀ, ਲਾਂਘਾ ਤਾਂ ਖੁੱਲ੍ਹ ਗਿਆ, ਠੀਕ ਹੈ, ਉਹਦੇ 'ਚ ਤਾਂ ਕੋਈ ਦਿੱਕਤ ਨਹੀਂ ਹੈ ਇਸ ਵੇਲੇ। ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਕਹਿਣਾ ਪੈ ਰਿਹਾ ਕਿ ਅਸੀਂ ਕਾਊਂਟਰ ਖੋਲ੍ਹ ਲੈਂਦੇ ਹਾਂ? ਨਹੀਂ ਨਹੀਂ, ਉਹ ਮਦਦ ਕਰਨਗੇ, ਇਸ 'ਚ ਤਾਂ ਅੱਛੀ ਗੱਲ ਹੀ ਹੈ, ਕੋਈ ਬੁਰੀ ਗੱਲ ਨਹੀਂ ਹੈ। ਆਮ ਸਮਾਜ ਦੀਆਂ ਜਿਹੜੀਆਂ NGO ਵੀ ਕਰਨ ਮਦਦ, ਅਤੇ ਉਹ ਵੀ ਅੱਛੀ ਗੱਲ ਆ, ਅਤੇ ਬਾਅਦ 'ਚ ਠੀਕ ਹੋ ਜਾਏਗਾ। ਔਰ ਦੂਸਰੀ ਗੱਲ ਮੈਂ ਇਹਦੇ 'ਚ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਪਾਸਪੋਰਟ ਦੀ ਵਿਵਸਥਾ ਦੀ ਗੱਲ ਆ, ਕਈ ਵਾਰ ਕਈ ਸਧਾਰਨ ਲੋਕ ਜਿਹੜੇ ਆ ਉਹਨਾਂ ਲਈ ਪਾਸਪੋਰਟ ਬਣਾਉਣਾ ਵੀ ਮੁਸ਼ਕਲ ਹੋ ਜਾਂਦਾ, ਅਤੇ ਇਹ ਜਿੰਨਾ ਈਜ਼ੀ ਹੋ ਜਾਏ ਕੋਈ ਹੋਰ ਚੀਜ਼। ਉਸ ਲਈ ਸਰਕਾਰ ਨੇ ਤਾਂ ਪੇਸ਼ਕਸ਼ ਕੀਤੀ ਹੈ, ਤੁਸੀਂ ਕੋਈ ਜਵਾਬ ਨਹੀਂ ਦੇ ਰਹੇ ਕੀ? ਉਹਨਾਂ ਨੇ ਤਾਂ ਕਿਹਾ ਪਾਸਪੋਰਟ ਅਸੀਂ ਰਿਮੂਵ ਕਰਦੇ ਹਾਂ, ਉਸ ਤੋਂ ਬਾਅਦ ਆਰਮੀ ਵੱਲੋਂ ਕੋਈ ਹੋਰ ਬਿਆਨ ਆਉਂਦਾ ਉਹਨਾਂ ਵੱਲੋਂ, ਫਿਰ ਤੁਹਾਨੂੰ ਪਲੀ ਮਿਲ ਜਾਂਦੀ ਹੈ ਕਿ ਅਸੀਂ ਇਸ ਤਰੀਕੇ ਨਾਲ ਚੱਲ ਲਈਏ। ਤੁਸੀਂ ਤਾਂ ਕੋਈ ਸਾਫ਼ ਸਾਫ਼ ਜਵਾਬ ਨਹੀਂ ਦੇ ਰਹੇ ਇਸ ਗੱਲ 'ਤੇ। ਐਸੀ ਗੱਲ ਨਹੀਂ ਕਿ ਸਰਕਾਰ ਜਵਾਬ ਨਹੀਂ ਦੇ ਰਹੀ, ਸਰਕਾਰ ਨੇ ਕਿੰਨੀ ਤੇਜ਼ੀ ਨਾਲ ਔਰ ਕਿੰਨੀ ਜਲਦੀ ਨਾਲ ਜਿਹੜਾ ਕੰਮ ਪੂਰੀ ਤਰ੍ਹਾਂ ਉੱਥੋਂ ਦੀ ਵਿਵਸਥਾ ਬਣਾਈ ਆ, ਇਹਦੇ 'ਚ ਮੈਂ ਚਾਹੁੰਦੇ ਹੋ ਕਿ ਪਾਸਪੋਰਟ ਹਟਣਾ ਚਾਹੀਦਾ? ਬਿਲਕੁਲ ਹਟਣਾ ਚਾਹੀਦਾ। ਪੰਜਾਬ ਬੀਜੇਪੀ ਚਾਹੁੰਦੀ ਹੈ ਜਾਂ ਸਾਰੀ ਬੀਜੇਪੀ ਚਾਹੁੰਦੀ ਹੈ? ਨਹੀਂ ਨਹੀਂ, ਬੀਜੇਪੀ ਤਾਂ ਸਾਰੀ ਚਾਹੁੰਦੀ ਹੈ, ਪਰ ਮੈਂ ਖਾਲੀ ਬੀਜੇਪੀ ਨਹੀਂ ਚਾਹੁੰਦੀ, ਬਾਕੀ ਸਾਰੇ ਲੋਕ ਵੀ ਚਾਹੁੰਦੇ, ਬਾਕੀ ਸਾਰੀਆਂ ਪਾਰਟੀਆਂ ਵੀ ਚਾਹੁੰਦੀਆਂ, ਐਸੀ ਕੋਈ ਗੱਲ ਨਹੀਂ ਹੈ। ਮੈਂ ਕਿਸੇ 'ਤੇ ਆਰੋਪ ਨਹੀਂ ਲਗਾ ਰਿਹਾ ਇਸ ਵੇਲੇ, ਨਾ ਸਾਨੂੰ ਇਹਦੇ 'ਚ ਪਾਰਟੀਆਂ ਨੂੰ ਲਿਆਉਣਾ ਚਾਹੀਦਾ। ਔਰ ਦੂਸਰੀ ਗੱਲ ਜਿਹੜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਪੰਜਾਬ ਦੇ ਬਾਰੇ 'ਚ, ਕਿ ਬਈ ਜਿਸ ਤਰ੍ਹਾਂ ਉਹ ਕਹਿ ਰਹੇ ਕਿ $20 ਸ਼੍ਰੋਮਣੀ ਕਮੇਟੀ ਦੇਵੇ, ਇਸ 'ਤੇ ਮੈਨੂੰ ਇੱਕ ਇਤਰਾਜ਼ ਆ ਕਿ ਹਰਿਆਣਾ ਸਰਕਾਰ ਨੇ ਕਿਹਾ, ਮੁੱਖ ਮੰਤਰੀ ਨੇ, ਕਿ ਅਸੀਂ ਜਿਹੜੇ ਇੱਥੋਂ ਸਾਡੇ ਸ਼ਰਧਾਲੂ ਜਾਣਗੇ ਅਸੀਂ ਖਰਚਾ ਦੇਵਾਂਗੇ, ਉਹਨਾਂ ਦੀ ਵਿਵਸਥਾ ਕਰਾਂਗੇ। ਦਿੱਲੀ ਸਰਕਾਰ ਨੇ ਇਹ ਕਿਹਾ ਕਿ ਅਸੀਂ ਵਿਵਸਥਾ ਕਰਾਂਗੇ, ਅਤੇ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ 'ਤੇ ਕਿਉਂ ਪਾਉਂਦੀ ਹੈ? ਪੰਜਾਬ ਸਰਕਾਰ ਨਹੀਂ ਵਿਵਸਥਾ ਕਰ ਸਕਦੀ, ਅਤੇ ਇਸ ਲਈ ਮੈਂ ਇਹ ਸਮਝਦਾ ਕਿ ਉਹ ਜ਼ਰੂਰ ਪੰਜਾਬ ਸਰਕਾਰ ਨੂੰ ਆਪਣੇ ਸਿਰ 'ਤੇ ਲੈਣਾ ਚਾਹੀਦਾ। ਸੁਦੇਸ਼ ਸਿੰਘ ਰੋਪੜ, ਕੈਪਟਨ ਅਮਰਿੰਦਰ ਸਿੰਘ ਅੱਜ ਕੱਲ੍ਹ ਕਿਹੋ ਜਿਹੇ ਬਿਆਨ ਦੇ ਰਹੇ ਆ? ਮਸਲਨ ਜਿਵੇਂ ਪਹਿਲਾਂ ਉਹ ਅਸ਼ਾਂਤੀ ਦਾ ਲਾਂਘਾ ਦੱਸਦੇ ਪਏ ਸੀਗੇ, ਉਸ ਤੋਂ ਬਾਅਦ ਜਦੋਂ ਅਗਲਾ ਭਾਸ਼ਣ ਉਹਨਾਂ ਦਾ ਆਉਂਦਾ ਉਦੋਂ ਫਿਰ ਧੰਨਵਾਦ ਕਰਦੇ ਪਏ ਇਮਰਾਨ ਖਾਨ ਸਾਹਿਬ ਹੋਰਾਂ ਦਾ, ਇਹ ਯੂ ਟਰਨ ਕਿਉਂ ਕੀਤੇ ਜਾ ਰਹੇ? ਦੇਖੋ, ਕੋਈ ਯੂ ਟਰਨ ਨਹੀਂ, ਜਿਹੜਾ ਕੈਪਟਨ ਸਾਹਿਬ ਦਾ ਜੋ ਵੀ ਜਿਹੜਾ ਸਟੈਂਡ ਹੈ ਉਹ ਬੜਾ ਕੰਸਿਸਟੈਂਟ ਹੈ, ਅਤੇ ਉਹ ਲਗਾਤਾਰਤਾ ਦੇ ਵਿੱਚ ਉਹ ਜਿਹੜਾ ਆਪਣਾ ਉਹਨਾਂ ਨੇ ਸਟੈਂਡ ਰੱਖਿਆ ਹੋਇਆ, ਠੀਕ ਹੈ ਨਾ, ਇਹਦੇ ਵਿੱਚ ਕੋਈ ਉਹਨਾਂ ਦਾ ਕੋਈ ਯੂ ਟਰਨ ਨਹੀਂ, ਕੋਈ ਇਸ ਕਿਸਮ ਦੀ ਗੱਲ ਨਹੀਂ ਹੈਗੀ, ਅਤੇ ਇਸ ਕਰਕੇ ਇਹ ਗੱਲ ਕਹਿਣਾ ਵੀ ਉਹ ਯੂ ਟਰਨ ਲੈ ਰਹੇ, ਮੇਰੇ ਖਿਆਲ ਦੇ ਵਿੱਚ ਇਹ ਗੱਲ ਮੁਨਾਸਬ ਨਹੀਂ ਹੈ। ਤੁਸੀਂ ਲੱਗਦਾ ਭਾਸ਼ਣ ਸੁਣੇ ਨੀਗੇ, 9 ਤਰੀਕ ਵਾਲਾ ਭਾਸ਼ਣ ਸੁਣ ਲਿਓ, ਜੇ ਨਹੀਂ ਸੁਣਿਆ ਤਾਂ ਮੈਂ ਸਾਰੇ ਭਾਸ਼ਣ ਮੋਦੀ ਸਾਹਿਬ ਸਟੇਜ ਤੇ ਬੈਠੇ ਸੀਗੇ, ਉਸ ਦਿਨ ਦਾ ਭਾਸ਼ਣ ਸੁਣ ਲਿਓ, ਤੇ ਜਦੋਂ 12 ਤਰੀਕ ਪ੍ਰਕਾਸ਼ ਪੁਰਬ ਸੀਗਾ ਉਸ ਦਿਨ ਦਾ ਭਾਸ਼ਣ ਸੁਣ ਲਿਓ। ਮੈਂ ਕਹਿੰਦਾ ਜੀ ਮੈਂ ਸਾਰੇ ਭਾਸ਼ਣ, ਤੁਸੀਂ ਸ਼ਾਇਦ ਉੱਥੇ ਨਹੀਂ ਗਏਗੇ, ਮੈਂ ਦੋਨਾਂ ਭਾਸ਼ਣਾਂ ਦੇ ਵੇਲੇ ਉੱਥੇ ਮੌਜੂਦ ਸੀ, ਅੱਗੇ ਬੈਠਾ ਸੀ, ਮੈਂ ਉੱਥੇ ਸੁਣ ਰਿਹਾ ਸੀ। ਚਲੋ ਫਿਰ ਤੁਸੀਂ ਇਦਾਂ ਕਰੋ ਨਾ ਵੀ ਜੋ ਉਹਨਾਂ ਨੂੰ ਬੁਲਾ ਲਿਆ ਕਰੋ ਜਿਹੜੇ ਇੱਥੇ ਗਏ ਹੋਣਗੇ, ਨਹੀਂ ਫਿਰ ਤੁਸੀਂ ਇਹ ਨਾ ਕੋਈ ਯੂ ਟਰਨ ਨਹੀਂ ਹੋ ਰਿਹਾ, ਮੈਂ ਕਹਿੰਦਾ ਜੇ ਆਪਾਂ ਗੁੰਮਰਾਹ ਨਾ ਕਰੀਏ ਨਾ ਕਿਸੇ ਨੂੰ, ਨਹੀਂ ਨਹੀਂ ਫਿਰ ਪਤਾ ਕੀ ਹੈ, ਤੁਸੀਂ ਪਹਿਲਾਂ ਜਿਹਨੂੰ ਬੁਲਾਉਣਾ ਹੁੰਦਾ ਪਹਿਲੇ ਸਟੋਪ ਤੇ ਲੱਭ ਤੁਸੀਂ ਗਿਆ ਸੀ ਕਿ ਨਹੀਂ ਗਿਆ ਸੀ? ਰੋਪੜ ਸਾਹਿਬ ਮੈਨੂੰ ਗੁੰਮਰਾਹ ਕਰ ਲਓ, ਮੈਂ ਤੁਹਾਨੂੰ ਨਾ ਕਰੂੰਗਾ, ਮੈਂ ਕਿਸੇ ਨੂੰ ਗੁੰਮਰਾਹ ਨਹੀਂ ਕਰ ਰਿਹਾ, ਮੈਂ ਤੁਹਾਨੂੰ ਜਿਹੜੀ ਸਪਸ਼ਟ ਸਟੈਂਡ ਕਰ ਰਿਹਾ ਵੀ ਤੁਸੀਂ ਪਹਿਲਾਂ ਪੁੱਛ ਲਿਆ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਤੁਸੀਂ ਇਹ ਕਹਿਣਾ ਨਹੀਂ ਰੋਪੜ ਸਾਹਿਬ ਨਹੀਂ ਕਿ ਤੁਸੀਂ ਰੋਪੜ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਦੇਖੋ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਕੈਪਟਨ ਸਾਹਿਬ ਯੂ ਟਰਨ ਨਹੀਂ ਲੈ ਰਹੇ? ਕਹਿੰਦਾ ਬਿਲਕੁਲ ਕਹਿ ਰਿਹਾ, ਪਰ ਜੇ ਤੁਹਾਨੂੰ ਇਹ ਇਤਰਾਜ਼ ਹੈ ਵੀ ਮੈਂ ਉੱਥੇ ਨਹੀਂ ਗਿਆ, ਮੈਨੂੰ ਤਾਂ ਨਹੀਂ ਬੋਲਣਾ,
चलो ठीक है नहीं सहमत नहीं सहमत कैप्टन साहब यू टर्न ले रहे कि नहीं ले रहे इसका सहमत नहीं ले रहे नहीं ले रहे चंद जी सम्राट तुम क्यों कह रहे हो कैप्टन साहब यू टर्न ले रहे देखो मैं एक बेनती कर दिया कि सुखदेव सिंह जी ने कोई गल का जवाब बनता नहीं इस करके देना इन्हों भी औखा लगता है जिस दिन लांघा खुलना सी तीन दिन लगातार कैप्टन साहब के बयान ऐसे आते हैं जिमें लांघे थानी तो अतवादी तुरे आते होंगे जिमें कि खालिस्तान का झंडा लैके कोई तुरै आता भी कली लकीर ही खिंचने वाली रहेगी बाकी तो लांघा खुले तो पूरा ही हो जाऊगा एक गल प्रधानमंत्री साहब आए हैं एक घंटे बाद इमरान खान साहब को जाना है उन्होंने तो उस दिन भी किस तरह का भाषण कि चूड़ियाँ नहीं पैदा फलाना नहीं त्योंका नहीं भी कि उत्तर जंग वाली गल हो लगी आप घट्टो घट गुरु महाराज की हाजरी तो आप चंकी गल करिए उन्होंने क्यों किया कि मजबूरी किया कि कहने किया सोची साची साजिश के तहत किया कोई वोटों की पोलराइजेशन लिए जवाब उही दे सकते हैं पर मेरा ख्याल है कि उस वेले भी गलत सी अज की जी गल उन्होंने बयान दिता है कि जोड़ा एस जी पी सी बहुत अमीर है उन्होंने पैसे दे देने चाहिए है मैं सहमत हैं कुछ हद तक के चलो जो हिस्सा एस जी पी सी पा सकती है पाना चाहिए पर एक पढ़े लिखे मुख्यमंत्री लिए एडा वड्डा झूठ बोलना कि अमीर है 1100 करोड़ तो घट का बजट है एस जी पी सी का 1,58,493 करोड़ का बजट है सरकार का जे सरकार को 100 रुपया तो एस जी पी सी को सिर्फ 70 पैसे है 70 पैसे तो अमीर कही जाते हैं तो आप पैसे देने की बजाय हरियाणे की तो दिल्ली की रीस तो करनी की आप उल्टा भज रहे नहीं ठीक कह रहे हो ठीक कह रहे कैप्टन साहब ठीक कह रहे ब्राट साहब अपन भी सुनना चाहिए ना कहते खजाना खाली है मेरी बेनती सुन लो जी चलो कोई नहीं ये तो पता लगता है कि मुख्यमंत्री साहब की जां कांग्रेस पार्टी की सोच की है श्रीमती इंदिरा गांधी की शहादत कहते जी वड्डे करोड़ों के जिहड़े इश्तिहार लग सकते हैं एस जी पी सी के पंडाल में आके जिवें डेरा बाबा नानक है सेंटर गवर्नमेंट ने प्रबंध किया इकट्ठ अकाली दल भारतीय जनता पार्टी ने किया आके बोल ही गए ना तो इतने सुल्तानपुर लोधी भी हो सकते वो 70-100 करोड़ रुपया क्यों वेस्ट किया वो इतने किया जा सकता एक दूजी मैं बेनती इस गल की करते हैं साढ़े वेले तीर्थ यात्रा मुख्यमंत्री तीर्थ यात्रा जी चलती सी श्री अमृतसर साहब जिन्हिया भी धार्मिक संस्थावं है अजमेर श्री माता दे चिंतपुरनी आनंदपुर साहब किहड़ी जगह जिथे कि हजूर साहब तक नहीं सी लोग जाते तो की ये दे नहीं सकते इस करके मैं समझदा कि ये अज जी नुकताचीनी होनी सी तो ध्यान डिवेट कर लिए एक मिनट के भी जी मैं बेनती कर ला मुद्दे की गलते आई है कि तुम्हें क्या कि सवाल उठाया जां लोग उठा रहे हैं कि संगत क्यों घट रही है मेरी बेनती है कि ये मेरा ख्याल $20 करके नहीं घट रही इहदा कारण एको है कि लोगों को जानकारी पूरी नहीं है 10 दिन पहला ऑनलाइन फार्म हर हालत भरना है ते जहाज दीआं टिकटां बुक कराउण नूं रेलवे दीआं टिकटां बुक कराउण नूं खाली दिखी जांदीआं उह डेटां जदों 10 दिन रह जांदे उह आटोमैटिक बंद हो जांदा भावें 5 होण ते भावें 500 बंदा होवे इस करके मेरी हाथ जोड़ के बेनती है सारिआं नूं कि आपां इस चीज़ की जानकारी वध तों वध देईए कि 10 दिन पहलां फार्म भरना है पासपोर्ट होना जरूरी है नहीं तो फार्म ही नहीं भरया जाता तो पासपोर्ट तो बिना असीं जा नहीं सकते एक जरूरी नुकता जिहड़े साडे पंजाब दे बच्चिआं दे विच इक वहम है उह पेरेंट्स नूं भी कही जांदे वी ना 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 पापा तूं ना जाईं पाकिस्तान दी मोहर लग जू एक गल स्पष्ट कर दिया ना भारत वाले पासे ना पाकिस्तान वाले पासे कोई पासपोर्ट ते पाकिस्तान दी जां भारत दी मोहर नहीं लगती उत्थों दी विजिट दी एक स्लिपां दित्तियां जांदियां सिर्फ उन्हां दे आसरे वो वापस जमा करा देनी है ते कोई मोहर नहीं लगती इस करके नौजवान पीढ़ी नूं बेनती करूंगा आंढ गुआंढ च भी मदद करके अपलाई कराओ ठीक है एक छोटा ब्रेक लवेंगे ब्रेक तो वापस आवेंगे कोशिश करेंगे कि जानकारी भरपूर तुहाडे लई असीं डिस्कशन कर सकीए पर सवाल बहुत सारे हैगे लांघे वाली संगत अगे संकट असल च किहड़ा है जिहड़ा संकट दिखाया जा रहा असल च है जां नहीं इह सवाल पुछूंगा जरूर विक्रमजीत नूं आके ब्रेक तो बाद सवाल एक पुछ रहे हैं करतारपुर लांघा पार करन वे संगत लिए असल में अड़िका की है नील गर्ग साहब आम आदमी पार्टी की कहना चाहती है देखो साडा स्टैंड पहले दिन तो बड़ा स्पष्ट है तुम हूँ भी देखा इतने भी देखा सारा कुछ शुरू तो जदों तो लांघा खुलने की गल जी कि चली है उस दिन तो इन पार्टियां ने करतारपुर कोरीडोर सियासत का अखाड़ा बनाता जो सियासत के अखाड़े च उलझे हुए थे साड़ी तो एको थान पर सरकार है दिल्ली के केजरीवाल साहब ने पहले सट्टी जानी कि जिन्होंने टोपिया वाले कह के भंडते रहे हैं हूँ तक तो वो टोपिया वाले की सरकार ने जोड़ा है $20
ਜਿਹੜਾ ਹੈਗਾ ਸੀ ਹਰ ਜਣੀ ਕਿ ਸ਼ਖਸ ਵਾਸਤੇ ਜਿਸਨੇ ਵੀ ਕਰਤਾਰਪੁਰ ਸਾਹਿਬ ਦੇ ਜਾ ਕੇ ਦਰਸ਼ਨ ਕਰਨੇ ਆ ਉਹਨਾਂ ਵਾਸਤੇ ਸਾਡੀ ਪਾਰਟੀ ਨੇ ਜਿਹੜਾ ਹੈਗਾ ਉਹ ਸਾਰਾ ਖਰਚਾ ਦਿੱਲੀ ਦੀ ਸਰਕਾਰ ਨੇ ਜਿਹੜਾ ਉੱਟਿਆ। ਹੁਣ ਤੁਸੀਂ ਜਿਹੜੀ ਸਭ ਤੋਂ ਵੱਡਾ ਮੁੱਦਾ ਕੀ ਹੈਗਾ, ਗਿਣਤੀ ਉੱਥੇ ਕਿਉਂ ਘੱਟ ਰਹੀ ਹੈ? ਉੱਥੇ ਬੇਸਿਕਲੀ $20 ਦੀ ਐਕਚੁਅਲੀ ਜਿਹੜੀ ਕਿ ਪ੍ਰੋਬਲਮ ਵੀ ਹੈਗੀ। ਤੁਸੀਂ ਪੂਰੇ ਇੱਕ ਸਾਲ ਦੇ ਵਿੱਚ ਦੱਸੋ ਜਦੋਂ ਤੋਂ $20 ਦੀ ਗੱਲ ਹੋਈ ਹੈ ਕਦੇ ਕਿਸੇ ਵੀ ਧਾਰਮਿਕ ਸੰਸਥਾ ਨੇ ਜਾਂ ਕਿਸੇ ਵੀ ਜਾਣੀ ਕਿ ਸ਼ਰਧਾਲੂ ਨੇ $20 ਦੀ ਗੱਲ ਕੀਤੀ ਹੋਵੇ? ਗੱਲ $20 ਦੀ ਨਹੀਂ ਹੈ, ਉਹ ਤਾਂ ਇਹਨਾਂ ਹੀ ਪੋਲੀਟੀਕਲ ਪਾਰਟੀਆਂ ਨੇ ਉਸਨੂੰ ਇੱਕ ਮੁੱਦਾ ਬਣਾ ਕੇ ਆਪਣਾ ਜਾਣੀ ਕਿ ਸਕੋਰ ਓਵਰ ਕਰਨ ਦੀ ਗੱਲ ਕੀਤੀ। ਅਸਲੀ ਗੱਲ ਇਹ ਹੈ, ਤੁਸੀਂ ਹੁਣ ਆਪ ਵੀ ਦੱਸ ਰਹੇ ਸੀ ਕਿ ਉਹਨੂੰ 10 ਦੀ ਥਾਂ 'ਤੇ 12 ਦਿਨ ਕਰਤੇ, ਨਾਲ ਇੱਕ ਐਫੀਡੈਵਿਟ ਲਗਾਤਾ ਜਿਹੜਾ ਕਿ ਕਿਸੇ ਐਗਰੀਮੈਂਟ ਦਾ ਕੋਈ ਹਿੱਸਾ ਨਹੀਂ ਸੀ। ਪੰਜਾਬ ਸਰਕਾਰ ਹੁਣ ਇੱਕ ਐਗਰੀਮੈਂਟ ਇੱਕ ਐਫੀਡੈਵਿਟ ਵੀ ਲੈਂਦੀ ਹੈ ਨਾਲ, ਜਿਸ ਦੇ ਵਿੱਚ ਉਹ ਸਾਰਾ ਕੁਝ ਲਿਖ ਕੇ ਦਿੰਦਾ ਹੈਗਾ ਕਿ ਮੈਂ ਉੱਥੇ ਜਾ ਕੇ ਕਿਸੇ ਪਾਰਟੀ ਕਿਸੇ ਹੋਰ ਐਕਟੀਵਿਟੀ 'ਚ ਪਾਰਟੀਸਪੇਟ ਨਹੀਂ ਕਰੂੰਗਾ। ਭਾਈ ਉਹ ਸ਼ਰਧਾਲੂ ਹੈ, ਸਵੇਰੇ ਜਾਣਾ, ਉਹਨੇ ਸ਼ਾਮ ਨੂੰ ਆ ਜਾਣਾ, ਹੋਰ ਉਸਨੇ ਕਿਹੜੀ ਉਹ ਕੁਝ ਕਰਨਾ ਹੈਗਾ? ਲੇਕਿਨ ਅਸਲੀ ਜਿਹੜੀ ਚੀਜ਼ ਇਹਦੇ ਪਿੱਛੇ ਰੀਜ਼ਨ ਹੈਗਾ, ਬੀਜੇਪੀ ਭਾਵੇਂ ਡਾਇਰੈਕਟ ਤੌਰ 'ਤੇ, ਮੈਂ ਤੁਹਾਨੂੰ ਫਿਰ ਕਹਿ ਰਿਹਾ, ਮੈਂ ਬਿਲਕੁਲ ਔਨ ਏਅਰ ਤੁਹਾਡੇ ਯਾਨੀ ਕਿ ਪੂਰੀ ਉਸ ਦੇ ਨਾਲ ਜ਼ਿੰਮੇਵਾਰੀ ਨਾਲ ਕਹਿ ਰਿਹਾ, ਜਿਹੜੀ ਬੀਜੇਪੀ ਹੈ ਉਹ ਅਸਲ ਦੇ ਵਿੱਚ ਚਾਹੁੰਦੀ ਨਹੀਂ ਹੈ ਕਿ ਬਹੁਤ ਜ਼ਿਆਦਾ ਸ਼ਰਧਾਲੂ ਉੱਥੇ ਜਾਣ, ਕੇਂਦਰ ਦੀ ਸਰਕਾਰ ਇਹ ਡਾਇਰੈਕਟ ਉਹਦਾ ਵਿਰੋਧ ਕਰ ਨਹੀਂ ਸਕਦੇ। ਮੈਂ ਇਸ ਸਵਾਲ 'ਤੇ, ਰੋਪੜ ਸਾਹਿਬ, ਤੁਸੀਂ ਇਸ ਇਲਜ਼ਾਮ ਨਾਲ ਇਤਫਾਕ ਰੱਖਦੇ ਹੋ? ਨਹੀਂ, ਦੇਖੋ ਮੈਂ ਇਸ ਇਲਜ਼ਾਮ ਨਾਲ ਇਤਫਾਕ ਰੱਖਦਾ ਵੀ ਇਸ ਵੇਲੇ ਉੱਥੇ ਕੋਈ ਵੀ ਇੱਦਾਂ ਦੀ ਕੋਈ ਅੜਚਨ ਨਹੀਂ। ਜਿਹੜੀਆਂ ਕੋਈ ਗਾਈਡਲਾਈਨਸ ਬਣੀਆਂ ਹੋਈਆਂ ਨੇ ਜੇ ਕੋਈ ਸੈਂਟਰ ਗੌਰਮੈਂਟ ਨੇ ਬਣਾਈਆਂ ਨੇ ਉਹ ਵੀ ਉਹ ਪਾਕਿਸਤਾਨ ਦੀ ਗੌਰਮੈਂਟ ਨਾਲ ਸਾਰਾ ਡੈਲੀਬਰੇਟ ਕਰਕੇ ਬਣਾਈਆਂ ਹੋਈਆਂ ਨੇ। ਇਹ ਕਰਕੇ ਮੈਂ ਇੱਥੇ ਇਸ ਗੱਲ ਨੂੰ ਖਾਰਜ ਕਰਦੇ ਹਾਂ? ਨਹੀਂ, ਮੈਂ ਤਾਂ ਇਸ ਇਲਜ਼ਾਮ ਨੂੰ ਖਾਰਜ ਕਰਦਾ। ਠੀਕ ਹੈ ਵਿਕਰਮਜੀਤ, ਅਸਲ 'ਚ ਦਿੱਕਤ ਹੈ ਕੀ ਹੈ? ਜਿਹੜੀ ਪਿਕਚਰ ਦਿਖਾਈ ਜਾ ਰਹੀ ਹੈ, ਜਿਹੜਾ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਸੰਗਤ 'ਚ ਬਹੁਤ ਉਤਸ਼ਾਹ, ਅਸੀਂ ਬੜੇ ਪ੍ਰੋਗਰਾਮ ਕੀਤੇ ਆ, ਅਸੀਂ ਅਸੀਂ ਜੀਰੋ ਲਾਈਨ 'ਤੇ ਵੀ ਜਾਏ, ਉੱਥੇ ਵੀ ਜਾ ਕੇ ਪ੍ਰੋਗਰਾਮ ਕਰ ਰਹੇ ਹਾਂ ਅਸੀਂ, ਸੰਗਤ 'ਚ ਇੰਨਾ ਉਤਸ਼ਾਹ ਸੀਗਾ, ਸੰਗਤ ਉੱਥੇ ਵੇਟ ਕਰ ਰਹੀ ਸੀ ਕਦੋਂ ਇਹ ਬੈਰੀਕੇਡ ਜੇ ਹਟਣ 'ਤੇ ਅਸੀਂ ਚਲੇ ਜਾਈਏ ਉੱਥੇ। ਪਰ ਹੁਣ ਜਿਹੜੀ ਤਸਵੀਰ ਦਿਖਾਈ ਜਾ ਰਹੀ ਹੈ ਕਿ ਅੰਕੜੇ ਵੀ ਨਾਲ ਨਾਲ ਚੱਲ ਰਹੇ ਹੈਗੇ ਆ, ਗਿਣਤੀ ਹੈ ਜਿਹੜੀ ਉਹ ਇੰਨੀ ਘੱਟ ਕਿਉਂ ਦਿਖਦੀ ਪਈ ਹੈ? ਕੇ ਪੀ ਜੀ, ਇਫ ਯੂ ਗੋ ਬੈਕ, ਜਿਸ ਤਰ੍ਹਾਂ ਨੈਗੋਸੀਏਸ਼ਨ ਹੋਈਆਂ ਸੀਗੀਆਂ, ਪਾਕਿਸਤਾਨ ਨੇ ਸ਼ੁਰੂ ਤੋਂ ਕਿਹਾ ਸੀ ਅਸੀਂ ਸਿਰਫ 500 ਬੰਦੇ ਅਲਾਓ ਕਰਾਂਗੇ। ਇਹ ਗਵਰਨਮੈਂਟ ਆਫ ਇੰਡੀਆ ਦਾ ਸਟੈਂਡ ਸੀ ਕਿ ਅਸੀਂ 500 ਨਹੀਂ 5000 ਬੰਦਾ ਭੇਜਣਾ ਚਾਹੁੰਦੇ ਨੇ। ਔਰ ਜਿਹੜੇ ਸ਼ੁਭ ਦਿਨ ਨੇ, ਮੋਰ ਆਸਪੀਸ਼ੀਅਸ ਡੇ, ਜਿਸ ਤਰ੍ਹਾਂ ਗੁਰੂ ਸਾਹਿਬ ਦੀ ਬਰਥਡੇ, ਜਨਮ ਦਿਨ ਹੈਗਾ, 10000 ਲੋਕ, ਬਟ ਲੋਕਾਂ ਨੇ ਤਾਂ ਇੰਡੀਆ ਤੋਂ ਜਾਣਾ। ਸੋ ਇੰਡੀਆ ਹੈਜ਼ ਟੂ, ਜੋ ਇਨਵਾਇਰਮੈਂਟ ਜਾਂ ਉਹਨਾਂ ਨੇ ਫੈਸਿਲੀਟੇਟ ਕਰਨਾ ਜਾਂ ਪ੍ਰੋਸੀਜਰ ਪਾਣੇ ਕਿ 5000 ਲੋਕ ਪਰ ਦਿਨ ਜਾ ਸਕਣ। ਪਾਕਿਸਤਾਨ ਨੇ ਤਾਂ ਨਹੀਂ ਆਪਣੇ ਭੇਜੇ ਕੋਰੀਡੋਰ ਦੇ ਥਰੂ, ਇੰਡੀਆ ਦੇ ਥਰੂ ਜਾਣੇ। ਸੋ ਇੰਡੀਆ ਨੇ ਦੇਖਣਾ ਕਿ 5000 ਲੋਕ ਪਰ ਦਿਨ ਜਾ ਸਕਣ, ਕਿਉਂਕਿ ਇੰਡੀਆ ਦੀ ਡਿਮਾਂਡ ਹੈ, ਇਹ ਪਾਕਿਸਤਾਨ ਦੀ ਡਿਮਾਂਡ ਨਹੀਂ ਸੀ। ਪਾਕਿਸਤਾਨ ਨੇ ਸ਼ੁਰੂ ਕੀਤਾ ਸੀ ਅਸੀਂ ਸਿਰਫ 500 ਬੰਦੇ ਅਲਾਓ ਕਰਾਂਗੇ। ਸੋ ਫੰਡਾਮੈਂਟਲੀ ਰਿਸਪੋਂਸੀਬਿਲਿਟੀ ਆ ਜਾਂਦੀ ਇੰਡੀਆ 'ਤੇ। ਨਾਓ ਇੰਡੀਆ ਨੇ ਕੀ ਕੀਤਾ ਹੈ ਕਿ ਇੰਡੀਆ ਨੇ ਐਸੇ ਪ੍ਰੋਸੀਜਰਸ ਇਹਦੇ ਵਿੱਚ ਇੰਟਰੋਡਿਊਸ ਕਰਤੇ ਨੇ ਜੋ ਸਾਡੇ ਸ਼ਰਧਾਲੂਆਂ ਲਈ ਬਹੁਤ ਮੁਸ਼ਕਲ ਪ੍ਰੋਸੀਜਰਸ ਹੋ ਗਏ ਨੇ। ਫੋਰ ਐਗਜ਼ਾਮਪਲ, ਸਭ ਤੋਂ ਵੱਡਾ ਹੈਂਡੀਕੈਪ ਹੈਗਾ ਪਾਸਪੋਰਟ ਦਾ। ਅਗਰ ਤੁਸੀਂ ਪੰਜਾਬ ਵਿੱਚ ਦੇਖੋ ਕਿੰਨੇ ਲੋਕਾਂ ਕੋਲ ਪਾਸਪੋਰਟ ਹੈਗਾ, ਆਈ ਥਿੰਕ ਮੇ ਬੀ 50-60% ਕੋਲ ਹੈਗਾ ਹੀ ਨਹੀਂ। ਦੂਜਾ, ਜਿਹੜੇ ਸਾਡੇ ਬਜ਼ੁਰਗ ਲੋਕ ਨੇ, ਜੋ ਜਿਨ੍ਹਾਂ ਦੀ ਦਿਲ ਵਿੱਚ ਸਭ ਤੋਂ ਸਟਰੋਂਗ ਹੈਗੀ ਹੈ ਕਿ ਅਸੀਂ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਆਈਏ, ਉਹਨਾਂ ਲਈ ਬਹੁਤ ਔਖਾ ਹੈ ਜਾ ਕੇ RPO 'ਤੇ ਜਾ ਕੇ ਪਾਸਪੋਰਟ ਬਣਾਉਣ। ਔਰ ਮੈਨੂੰ ਇਹ ਵੀ ਸ਼ੱਕ ਹੈ ਕਿ ਇਹ ਪਾਸਪੋਰਟ ਬਣਾਉਣ ਵੀ ਜੋ ਜਾਣਗੇ ਉੱਥੇ ਵੀ ਇਹਨਾਂ ਦੀ ਬੜੀ ਜ਼ਬਰਦਸਤ ਹੈਰੈਸਮੈਂਟ ਹੋਏਗੀ। ਤੀਜੀ ਗੱਲ ਆਉਂਦੀ ਹੈ ਕਿ ਇਹ ਜਿਹੜੀ ਔਨਲਾਈਨ ਰਜਿਸਟ੍ਰੇਸ਼ਨ ਹੈਗੀ ਆ, ਔਨਲਾਈਨ ਰਜਿਸਟ੍ਰੇਸ਼ਨ ਤੁਸੀਂ 12 ਦਿਨ ਜਾਂ 10 ਦਿਨ ਪਹਿਲਾਂ ਤੁਸੀਂ ਕਰਨੀ ਹੈ। ਔਰ ਫੋਰ ਐਗਜ਼ਾਮਪਲ, ਤੁਸੀਂ ਜਦ ਕਰਨੀ ਔਨਲਾਈਨ ਰਜਿਸਟ੍ਰੇਸ਼ਨ, ਤੁਹਾਡੇ ਕੰਪਿਊਟਰ 'ਤੇ ਐਕਰੋਬੈਟ ਰੀਡਰ, ਇੱਕ ਦੇਰ ਇਜ਼ ਐਪਲਾਇੰਸ ਜਾਂ ਕਹਿੰਦੇ, ਉਹ ਚਾਹੀਦਾ। ਹੁਣ ਤੁਸੀਂ ਆਹ ਸੋਚੋ ਕਿ 80-85 ਸਾਲ ਦਾ ਵਿਚਾਰਾ ਬੁੱਢਾ ਹੈਗਾ, ਬਜ਼ੁਰਗ ਹੈਗੇ ਨੇ, ਉਹ ਕਿੱਥੋਂ ਇੰਨੀ ਟੈਕਨੋਲੋਜੀ ਲੈ ਕੇ ਆਉਣਗੇ? ਸੋ ਇਹ ਸਾਰੀ ਅੱਛਾ, ਚੌਥੀ ਗੱਲ ਕਿ ਪੁਲਿਸ ਤੁਹਾਡੀ ਆ ਕੇ ਵੈਰੀਫਿਕੇਸ਼ਨ ਕਰੇਗੀ ਵੀ ਤੁਹਾਡੇ ਕੋਲ ਪਾਸਪੋਰਟ ਜਦ ਹੈਗਾ, ਤੁਸੀਂ ਪਾਸਪੋਰਟ ਜਾ ਕੇ ਇਮੀਗ੍ਰੇਸ਼ਨ ਕਾਊਂਟਰ 'ਤੇ ਦੇਣਾ, ਉਹਨਾਂ ਨੇ ਵੈਰੀਫਾਈ ਕਰਨਾ। ਹੁਣ ਪੁਲਿਸ ਤੁਹਾਡੇ ਘਰ ਆਊਗੀ, ਉਹ ਵੈਰੀਫਾਈ ਕਰੂਗੀ। ਇੱਕ ਚੀਜ਼ ਮੈਨੂੰ ਥੋੜ੍ਹੀ ਸਮਝਾ ਦਿਓ, ਮੈਂ ਚਾਹੁੰਦਾ ਕੱਲੀ ਕੱਲੀ ਚੀਜ਼ ਦਰਸ਼ਕ ਨੂੰ ਸਮਝ ਆਵੇ। ਜਦੋਂ ਪਾਸਪੋਰਟ ਬੰਦ ਹੈ ਉਦੋਂ ਵੀ ਪੁਲਿਸ ਦੀ ਵੈਰੀਫਿਕੇਸ਼ਨ ਜ਼ਰੂਰੀ ਹੁੰਦੀ ਹੈ, ਬਿਲਕੁਲ ਹੁੰਦੀ ਹੈ, ਤੇ ਫਿਰ ਇਹ ਦੁਬਾਰਾ ਵੈਰੀਫਿਕੇਸ਼ਨ ਦੀ ਜ਼ਰੂਰਤ ਹੈ? ਮੈਂ KPG, ਜੋ ਮੈਨੂੰ ਲੱਗ ਰਿਹਾ ਹੈ, ਜੋ ਮੇਰਾ ਅਸੈਸਮੈਂਟ ਹੈ ਕਿ ਇਹ ਇੰਨੇ ਕੰਪਲੈਕਸ ਪ੍ਰੋਸੀਜਰਸ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਲੋਕ ਡਿਸਕਰੇਜ ਹੋ ਜਾਣ। ਅਸਲੀ ਗੱਲ ਇਹ ਹੈਗੀ, ਔਰ ਮੈਂ ਜਿਹੜਾ ਨੀਲਗਰ ਖਰੇ ਨੇ ਇਲਜ਼ਾਮ ਲਾਇਆ, ਬਿਲਕੁਲ ਆਈ ਐਗਰੀ ਵਿਦ ਹਿਮ, ਤੁਸੀਂ ਐਗਰੀ ਕਰਦੇ ਹੋ ਉਸ ਨਾਲ? ਮੈਂ ਪਾਕਿਸਤਾਨ ਨੂੰ ਵੀ ਇਸ ਤੇ ਇਲਜ਼ਾਮ ਇਹ ਲਾਨਾ ਕਿ ਜਦ ਇਮਰਾਨ ਖਾਨ ਨੇ ਪਾਸਪੋਰਟ ਦਾ ਵੇਵਰ ਕੀਤਾ ਆਪਣੇ ਟਵੀਟ ਵਿੱਚ,
ਉਹਨਾਂ ਦੇ ਬਾਅਦ ਇੱਕ ਮੇਜਰ ਜਨਰਲ ਪਾਕਿਸਤਾਨੀ ਆਰਮੀ ਦੇ ਉਹਨਾਂ ਦੇ ਸਾਰੀਆਂ ਜਿਹੜੇ ਵੇਵਰ ਸੀ ਖਤਮ ਕਰਦੇ, ਖਾਰਜ ਕਰਦੇ, ਕਿਉਂਕਿ ਪਾਕਿਸਤਾਨ ਵੀ ਪਾਸਪੋਰਟ 'ਤੇ ਹੁਣ ਇਨਸਿਸਟ ਕਰ ਰਿਹਾ ਹੈਗਾ, ਬਹਾਨਾ ਲਾ ਰਿਹਾ ਇੰਡੀਆ ਦਾ। ਬਟ ਪਾਕਿਸਤਾਨ ਦੇ ਮੇਜਰ ਜਨਰਲ ਦੀ ਸਟੇਟਮੈਂਟ ਮੈਂ ਸਾਰੀ ਦੇਖੀ ਹੈ, ਉਹਨਾਂ ਨੇ ਇਹ ਕਿਹਾ ਸੀ ਕਿ ਸਾਡੀ ਸੋਵਰੇਨਿਟੀ ਔਰ ਸਾਡੀ ਸਿਕਿਉਰਿਟੀ ਬਹੁਤ ਇੰਪੋਰਟੈਂਟ ਹੈ, ਅਸੀਂ ਵੀ ਪਾਸਪੋਰਟ 'ਤੇ ਇਨਸਿਸਟ ਕਰਾਂਗੇ। ਔਰ ਕੇ ਪੀ ਜੀ, ਵੀ ਹੈਵ ਟੂ ਅੰਡਰਸਟੈਂਡ ਕਿ ਪਾਕਿਸਤਾਨ ਵਿੱਚ ਕੀ ਹੋ ਰਿਹਾ। ਪਾਕਿਸਤਾਨ ਵਿੱਚ ਇਮਰਾਨ ਖਾਨ 'ਤੇ ਬੜਾ ਜ਼ਬਰਦਸਤ ਅਟੈਕ ਆ ਰਿਹਾ ਹੈ ਫਰੋਮ ਦੀ ਓਪੋਜੀਸ਼ਨ, ਸਪੈਸ਼ਲੀ ਫਰੋਮ ਫਜ਼ਲੁਰ ਰਹਿਮਾਨ, ਜਿਹੜੇ ਓਪੋਜੀਸ਼ਨ ਦੇ ਬੜੇ ਵੱਡੇ ਲੀਡਰ ਆ ਰਹੇ ਨੇ। ਉਹ ਕਹਿ ਰਹੇ ਨੇ ਕਿ ਇਮਰਾਨ ਖਾਨ ਨੇ ਕਰਤਾਰਪੁਰ ਕੋਰੀਡੋਰ ਖੋਲ੍ਹ ਕੇ ਪਾਕਿਸਤਾਨ ਨੂੰ ਖਤਰੇ 'ਚ ਪਾਤਾ, ਕਿ ਇੰਡੀਆ ਨਾਲ ਬਾਰਡਰ ਹੀ ਖੋਲ੍ਹਦਾ, ਸਾਡੀ ਸੋਵਰੇਨਿਟੀ ਖਤਮ ਕਰਤੀ ਹੈ। ਸੋ ਪਾਕਿਸਤਾਨ ਵਿੱਚ ਇਹ ਇਮਰਾਨ 'ਤੇ ਇਲਜ਼ਾਮ ਆ ਰਿਹਾ ਹੈ ਕਿ ਇਹਨੇ ਕਸ਼ਮੀਰ ਇਸ਼ੂ ਨੂੰ ਪਿੱਛੇ ਕਰਕੇ ਅਤੇ ਇੰਡੀਆ ਨਾਲ ਪੀਸ ਦੀ ਗੱਲ ਕਰ ਰਿਹਾ। ਸੋ ਇਹ ਬਹੁਤ ਹੀ ਕੰਪਲੈਕਸ ਜਿਹੜੀਆਂ ਕਨਫਿਊਜ਼ਿੰਗ ਸਿਗਨਲਸ ਦੋਨੋਂ ਸਾਈਡ ਤੋਂ ਆ ਰਹੇ ਨੇ, ਉਹਦੇ ਵਿੱਚ ਜਿਹੜੀ ਵਿਕਟਮ ਹੋਏ ਨੇ ਉਹ ਵਿਕਟਮ ਹੋਏ ਨੇ ਸ਼ਰਧਾਲੂ। ਉਹ ਕਦੀ ਕਹਿੰਦੇ ਨੇ ਕਿ ਪਾਸਪੋਰਟ ਇਮਰਾਨ ਨੇ ਤਾਂ ਵੇਵ ਆਫ ਕਰਤਾ, ਇੱਥੇ ਕਹਿੰਦੇ ਨੇ ਨਹੀਂ ਪਾਸਪੋਰਟ ਹੈਗਾ ਹੈਗਾ। ਸੋ ਸ਼ਰਧਾਲੂ, ਅੱਛਾ ਟੀ ਵੀ ਚੈਨਲ ਵਾਲੇ ਜਿਹੜੇ ਹੈਗੇ ਨੇ, ਉਹ ਕਨਫਿਊਜ਼ਨ ਨੂੰ ਐਡ ਕਰ ਰਹੇ ਨੇ। ਔਰ ਗੱਲ ਇਹ ਹੈ, ਮੈਂ ਕਾਂਗਰਸ ਸਰਕਾਰ, ਆਪਾਂ ਕਨਫਿਊਜ਼ਨ ਨੂੰ ਐਡ ਨਹੀਂ ਕਰਾਂਗੇ, ਨਹੀਂ ਮੈਂ ਕਾਂਗਰਸ ਸੋਰਟ ਆਊਟ ਕਰਾਂਗੇ, ਨਹੀਂ ਨਹੀਂ ਬਿਲਕੁਲ। ਮੈਂ ਕਾਂਗਰਸ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਇੰਨੇ ਐਡਸ ਲਾਈਆਂ ਇਹਨਾਂ ਨੇ, ਆਪਣੀ ਸ਼ਕਲਾਂ ਲਗਾ ਕੇ, ਫੋਟੋਆਂ ਲਗਾ ਕੇ, ਅਸੀਂ ਕਰਤਾਰਪੁਰ ਸਾਹਿਬ ਕਰਤਾ, 550 ਕਰਤੇ, ਇਹਨਾਂ ਨੇ ਕਿੰਨੇ ਪੈਸੇ ਸਪੈਂਡ ਕੀਤੇ ਨੇ ਔਨ ਐਡਸ ਟੂ ਕਲੈਰੀਫਾਈ ਕਿ ਪ੍ਰੋਸੀਜਰ ਕੀ ਹੈਗਾ, ਵਾਟ ਪਿਲਗ੍ਰਮਸ ਨੂੰ ਕੀ ਕਰਨਾ, ਇਹਨਾਂ ਨੇ ਕਿੰਨਾ ਫੈਸਿਲੀਟੇਟ ਕੀਤਾ, ਇਹਨਾਂ ਨੇ ਅਵੇਅਰ ਨਹੀਂ ਕੀਤਾ, ਇਹਨਾਂ ਨੇ ਆਪਣੇ ਆਪ 'ਤੇ ਪੈਸੇ ਖਰਚੇ ਆਪਣੀਆਂ ਫੋਟੋਆਂ ਲਵਾ ਕੇ, ਇਹਨਾਂ ਨੇ ਲੋਕਾਂ ਦੀ ਮਦਦ ਨਹੀਂ ਕੀਤੀ। ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਸਰਕਾਰਾਂ ਨੂੰ ਚਾਹੀਦਾ ਕਿ ਸੰਗਤ ਨੂੰ ਅਵੇਅਰ ਕੀਤਾ ਜਾਵੇ, ਜਾਗਰੂਕ ਕੀਤਾ ਜਾਵੇ। ਜੇ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਸੰਸਥਾਵਾਂ ਜਿਹੜੀਆਂ ਹੈਗੀਆਂ, ਸਾਡੇ ਕੋਲ ਲਗਾਤਾਰ ਖਬਰਾਂ ਆ ਰਹੀਆਂ, ਕੋਈ ਕਹਿੰਦਾ ਕਿ ਅਸੀਂ 550 ਸ਼ਰਧਾਲੂਆਂ ਦਾ ਖਰਚਾ ਚੱਕਣ ਨੂੰ ਤਿਆਰ ਹੈਗੇ ਹਾਂ, 550 ਸ਼ਰਧਾਲੂਆਂ ਦਾ ਜਿਹੜੀ ਤਰੀਕ ਵੀ ਦੱਸੀ ਗਈ ਹੈ ਕਿ 1 ਦਸੰਬਰ 2019 ਤੋਂ 31 ਮਈ 2020 ਤੱਕ, ਇਹੋ ਜਿਹੇ ਪੜਾਅ ਵੀ ਤਿਆਰ ਕੀਤੇ ਜਾ ਰਹੇ ਹੈਗੇ। ਕਈ ਜਥੇਬੰਦੀਆਂ ਅੱਗੇ ਆ ਰਹੀਆਂ ਹੈਗੀਆਂ, ਪਰ ਸਰਕਾਰਾਂ ਦਾ ਫਰਜ਼ ਕੀ ਬਣਦਾ ਹੈਗਾ, ਸਰਕਾਰਾਂ ਜਾਗਰੂਕ ਕਿੰਨਾ ਕਰਦੀਆਂ ਪੈਂਦੀਆਂ, ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ। ਵਿਕਰਮਜੀਤ ਹੋਰਾਂ ਨੇ ਜਿਹੜਾ ਸਵਾਲ ਚੁੱਕਿਆ ਹੈਗਾ, ਬਰੇਕ ਤੋਂ ਵਾਪਸ ਆ ਕੇ ਕਾਂਗਰਸ ਤੋਂ ਇਹ ਜਵਾਬ ਲੈਣਾ ਜ਼ਰੂਰ ਹੈ। ਸਵਾਲ ਇੱਕੋ ਪੁੱਛ ਰਿਹਾ, ਕਰਤਾਰਪੁਰ ਲਾਂਘਾ ਪਾਰ ਕਰਨ ਵਿੱਚ ਸੰਗਤ ਲਈ ਅਸਲ 'ਚ ਅੜਿੱਕਾ ਕੀ ਹੈਗਾ? ਮੈਂ ਇੱਕ ਮਿੰਟ, ਮਿਸਟਰ ਬਰਾੜਾ ਆ ਰਿਹਾ ਤੁਹਾਡੇ ਕੋਲ, ਸੁਦੇਵ ਸਿੰਘ ਜੀ, ਇਸ ਸਵਾਲ ਦਾ ਜਵਾਬ ਦੇਦੋ, ਸੰਗਤ ਨੂੰ ਅਵੇਅਰ ਕਰਨ ਲਈ ਤੁਸੀਂ ਕੀ ਕੀਤਾ ਹੈਗਾ? ਦੇਖੋ, ਸੰਗਤ ਨੂੰ ਬਿਲਕੁਲ ਅਵੇਅਰ ਕੀਤਾ ਗਿਆ, ਇਹ 'ਚ ਕੋਈ ਡਾਊਟ ਨਹੀਂ। ਔਰ ਸੰਗਤ ਨੂੰ ਜਿਹੜੀ ਗੱਲ ਇਹ ਕਹਿ ਰਹੇ ਨੇ ਸਾਡੇ ਐਕਸਪਰਟ ਸਾਹਿਬ, ਇਹ ਬਿਲਕੁਲ ਨਿਰਾਧਾਰ ਹੈ ਵੀ ਆਪਦੀਆਂ ਹੀ ਫੋਟੋਆਂ ਲਾ ਕੇ ਉਹ ਪ੍ਰਚਾਰ ਕੀਤਾ ਗਿਆ। ਔਰ ਜੋ ਬਾਬੇ ਦੀ ਫਿਲੋਸਫੀ ਹੈ ਉਹ, ਜੇ ਇਹਨਾਂ ਨੇ ਪ੍ਰੋਗਰਾਮ ਉੱਥੇ ਕਿਸੇ ਨੇ ਵੀ ਦੇਖੇ ਨੇ ਜਾ ਕੇ, ਚਾਹੇ ਉਹ ਜਿੰਨੇ ਦਿਨ ਦੇ ਵੀ, ਚਾਹੇ ਉਹ ਲਾਈਟ ਐਂਡ ਸਾਊਂਡ ਸੀ ਜਾਂ ਦੂਜੇ ਪ੍ਰੋਗਰਾਮ ਸੀ, ਚਾਹੇ ਉਹ ਸਰਤਾਜ ਦਾ ਸੀ ਜਾਂ ਜਸ਼ਨਦੀਪ ਕੌਰ ਦੇ ਸੀ, ਜਿੰਨੇ ਵੀ ਪ੍ਰੋਗਰਾਮ ਸੀ, ਉਹ ਬਾਬੇ ਦੀ ਫਿਲਾਸਫੀ ਵਾਸਤੇ ਉਹ ਕੀਤੇ ਗਏ ਸੀ। ਮੈਂ ਤੁਹਾਡੀ ਗੱਲ ਪੂਰੀ ਲਊਂਗਾ, ਮੈਂ ਇੱਦਾਂ ਨਹੀਂ ਕਰਦਾ, ਤੁਹਾਡੀ ਗੱਲ ਨਹੀਂ ਮੈਂ ਪੂਰੀ ਹੋਣ ਦਊਗਾ। ਸਵਾਲ ਇਹ ਹੈਗਾ, ਇਹ ਛੋਟੋ ਸਮਾਗਮ ਜਿਹੜੇ ਹੋਏ ਆ, ਸਵਾਲ ਇਹ ਹੈਗਾ ਕਰਤਾਰਪੁਰ ਲਾਂਘਾ ਪਾਰ ਕਰਨ ਦੇ ਵਿੱਚ ਸਰਕਾਰ ਨੇ ਕਿਹੜੀ ਮਦਦ ਕੀਤੀ ਹੈ? ਸਵਾਲ ਪੂਰਾ ਸੁਣ ਲਓ, ਸਵਾਲ ਪੂਰਾ ਸੁਣ ਲਓ। ਡੇਰਾ ਬਾਬਾ ਨਾਨਕ, ਜੇ ਤੁਸੀਂ ਉੱਥੇ ਗਏ ਹੋ, ਜੇ ਉੱਥੇ ਬਾਹਰ ਤੁਸੀਂ ਹੋਰਡਿੰਗਸ ਦੇਖੇ ਹੈ, ਉੱਥੇ ਹੋਰਡਿੰਗਸ ਦੇ ਉੱਤੇ ਕੈਪਟਨ ਸਾਹਿਬ ਦੀ ਫੋਟੋ ਦੇ ਨਾਲ ਦੱਸਿਆ ਗਿਆ ਤੁਸੀਂ ਬਿਜਲੀ ਲਈ ਕੀ ਕੀਤਾ, ਤੁਸੀਂ ਹੋਰ ਸੇਵਾਵਾਂ ਲਈ ਕੀ ਕੀਤਾ ਹੈਗਾ, ਕਣਕ ਝੋਨੇ ਲਈ ਕੀ ਕੀਤਾ ਹੈਗਾ, ਉਹ ਸਾਰੇ ਉੱਥੇ ਹੋਰਡਿੰਗਸ ਵੱਡੇ ਵੱਡੇ ਲੱਗੇ ਹੋਏ ਆ। ਮੋਦੀ ਸਾਹਿਬ ਦੀ ਰੈਲੀ ਵਾਲੀ ਥਾਂ ਦੇ ਰਸਤੇ ਵਿੱਚ ਵੀ ਬਹੁਤ ਸਾਰੇ ਹੋਰਡਿੰਗਸ ਲੱਗੇ ਹੋਏ ਸੀਗੇ, ਕਈ ਹੋਰਡਿੰਗਸ ਟੁੱਟ ਵੀ ਗਏ ਆ ਮੀਂਹ ਕਰਕੇ। ਸਵਾਲ ਇਹ ਹੈਗਾ, ਕਰਤਾਰਪੁਰ ਲਾਂਘਾ ਪਾਰ ਕਰਨ ਵਾਸਤੇ ਕੀ ਸ਼ਰਤਾਂ ਹੈਗੀਆਂ, ਕੀ ਜਾਗਰੂਕਤਾ ਕਰਨੀ ਚਾਹੀਦੀ ਹੈ, ਸੰਗਤ ਨੂੰ ਕੀ ਅਪਣਾਉਣਾ ਚਾਹੀਦਾ, ਉਸ ਬਾਰੇ ਕੋਈ ਹੋਰਡਿੰਗ ਉੱਥੇ ਨਹੀਂ ਦਿਖਿਆ। ਵਿਕਰਮਜੀਤ ਥਰਾ ਦਾ ਸਵਾਲ ਇਹ ਹੈ, ਮੈਂ ਤੁਹਾਨੂੰ ਉਸ ਗੱਲ ਦਾ ਸਵਾਲ ਦਾ ਜਵਾਬ ਦੇਤਾ, ਕੋਈ ਕਿਸੇ ਨੂੰ ਸੰਗਤ ਪੂਰੀ ਤਰ੍ਹਾਂ ਅਵੇਅਰ ਹੈ, ਪਰ ਮੈਂ ਬਰਾੜ ਸਾਹਿਬ ਦੀ ਇੱਕ ਗੱਲ ਨਾਲ ਬਿਲਕੁਲ ਸਹਿਮਤ ਹਾਂ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਸਾਡੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਭੁਲੇਖ ਹੈ ਵੀ ਸ਼ਾਇਦ ਮੇਰੇ ਪਾਸਪੋਰਟ ਦੇ ਉੱਤੇ ਕਿਤੇ ਪਾਕਿਸਤਾਨ ਦੀ ਮੋਹਰ ਨਾ ਲੱਗ ਜੇ, ਮੈਂ ਕਿਤੇ ਨਿਆਣੇ ਕੋਲ ਕੈਨੇਡਾ ਜਾਣਾ, ਕੋਈ ਕਹਿੰਦਾ ਮੈਂ ਅਮੈਰੀਕਾ ਜਾਣਾ, ਕੋਈ ਕਹਿੰਦਾ ਹੁਣ ਕਿਤੇ ਹੋਰ ਜਾਣਾ, ਉਹਨਾਂ ਨੂੰ ਇਸ ਗੱਲ ਦਾ ਸਭ ਤੋਂ ਵੱਡਾ ਖਤਰਾ। ਮੈਂ ਦੂਜੀ ਗੱਲ ਵਿਕਰਮ ਜੀ ਦੀ ਗੱਲ ਇਹ ਸਹਿਮਤ ਨਹੀਂ ਹੈ, ਕਹਿੰਦੇ 60% ਲੋਕਾਂ ਕੋਲ ਪਾਸਪੋਰਟ ਨਹੀਂ, ਮੈਂ ਕਹਿੰਦਾ ਜੇ ਤੁਸੀਂ ਪੰਜਾਬ ਦਾ ਰਿਕਾਰਡ ਚੈੱਕ ਕਰੋਗੇ ਮੈਕਸਿਮਮ ਲੋਕਾਂ ਕੋਲ ਪਾਸਪੋਰਟ ਹੈ, ਔਰ ਬਜ਼ੁਰਗਾਂ ਕੋਲ ਵੀ ਪਾਸਪੋਰਟ ਹੈ। ਮੈਂ ਕਹਿੰਦਾ ਦੇਖੋ, ਪਾਸਪੋਰਟ ਹਟਾਉਣ ਦੀ ਗੱਲ ਇਹ ਹੈ ਵੀ ਪਾਸਪੋਰਟ 'ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜਿਹੜਾ ਖਦਸ਼ਾ ਲੋਕਾਂ ਨੂੰ, ਇਸ ਕਰਕੇ ਅਸੀਂ ਕਹਿੰਦੇ ਹਾਂ। ਮੈਂ ਦੂਜੀ ਗੱਲ ਬਰਾੜ ਸਾਹਿਬ ਦੀ ਗੱਲ ਦਾ ਵੀ ਜਵਾਬ ਦੇਣਾ ਚਾਹੂੰਗਾ। ਇਹ ਕਹਿੰਦੇ ਸੀਗੇ ਵੀ ਇਹਨਾਂ ਨੇ ਜੀ ਉਹ ਸਾਡਾ ਸਾਨੂੰ ਕਿਉਂ ਕਿਹਾ, ਜਦੋਂ ਜਿਸ ਟਾਈਮ ਦੇ ਉੱਤੇ ਪੰਜਾਬ ਸਰਕਾਰ ਨੇ ਇੱਕ ਬੇਨਤੀ ਕੀਤੀ ਸੀ ਵੀ ਜਿਹੜੇ 1999 ਦੇ ਵਿੱਚ
ਸਿੱਖ ਪੰਥ ਦਾ ਜਿਹੜਾ ਆਪਣਾ ਵਿਸਾਖੀ ਜਿਹੜੀ ਹੈਗੀ ਆ ਤੁਸੀਂ 300 ਸਾਲਾਂ ਉਹ ਅਸੀਂ ਸਰਕਾਰ ਮਨਾ ਸਕਦੀ ਹੈ ਤਾਂ ਅਸੀਂ ਸਰਕਾਰ ਸਾਰੇ ਖਰਚੇ ਕਰਨਾ ਚਾਹੀਦਾ ਮੇਰਾ ਟੌਪਿਕ ਸਾਰੇ ਖਰਚੇ ਨਹੀਂ ਹੈਗਾ ਜਦੋਂ ਇਹਨਾਂ ਨੇ ਸਵਾਲ ਕੀਤਾ ਮੈਨੂੰ ਬੋਲਣ ਦੇ ਜਵਾਬ ਦੇ ਲੋ ਜਵਾਬ ਦੇ ਲੋ ਜਵਾਬ ਦੇ ਲੋ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ 10 ਕਰੋੜ ਰੁਪਇਆ ਸਟੇਜ ਤੇ ਕਿਉਂ ਖਰਚਦੇ ਹੋ ਉਹ 10 ਕਰੋੜ ਰੁਪਇਆ ਸਰਕਾਰ ਖਰਚਣ ਨੂੰ ਤਿਆਰ ਹੈ ਪਰ ਇਸ ਕਰਕੇ ਇਹ ਕਹਿਣ ਵੀ ਇਹਨਾਂ ਕੋਲ 10 ਕਰੋੜ ਖਰਚਣ ਨੂੰ ਤਾਂ ਤਿਆਰ ਹੈ ਸਿਰਫ ਆਪਦਾ ਨੱਕ ਰੱਖਣ ਨੂੰ ਵੀ ਅਸੀਂ ਕਿਸੇ ਪਾਰਟਿਕੂਲਰ ਬੰਦੇ ਨੂੰ ਬੁਲਾਉਣਾ ਹੈ ਪਰ ਦੂਜੀ ਵਾਸਤੇ ਇਹ ਕਹਿੰਦੇ ਵੀ ਸਾਡੇ ਕੋਲ ਸੰਗਤ ਵਾਸਤੇ ਪੈਸੇ ਨਹੀਂ ਕੈਪਟਨ ਸਾਹਿਬ ਦਾ ਸਵਾਲ ਸਿਰਫ ਇਹੀ ਹੈ ਵੀ ਜੇ ਤੁਸੀਂ ਉੱਥੇ ਪੈਸੇ ਖਰਚ ਕਰ ਸਕਦੇ ਹੋ ਤੁਸੀਂ ਫਿਰ $20 ਦੀ ਇੱਥੇ ਕਿਉਂ ਦੇ ਸਕਦੇ ਤੁਹਾਡਾ ਜਵਾਬ ਆ ਗਿਆ ਨੀਲਗਰ ਸਾਹਿਬ ਇੱਕ ਮਿੰਟ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹੈਗਾ ਬੇਸਿਕਲੀ ਜਿਹੜੇ ਸੁਖਦੇਵ ਹੋਰਾਂ ਨੂੰ ਜਾਨੀ ਕਿ ਜਾਣਕਾਰੀ ਪੂਰੀ ਨਹੀਂ ਹੈ ਕੱਲ ਸਾਡਾ ਇੱਕ ਪ੍ਰੈਸ ਨੋਟ ਵੀ ਆਇਆ ਪੂਰੀ ਜਾਨੀ ਕਿ ਜ਼ਿੰਮੇਵਾਰੀ ਨਾਲ ਜਾਰੀ ਕੀਤਾ ਪੰਜਾਬ ਦੇ ਵਿੱਚ 60% ਜਿਹੜੀ ਆਬਾਦੀ ਐਸੀ ਹੈ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈਗੀ ਔਰ ਮੈਨੂੰ ਇਹ ਕਹਿਣ 'ਚ ਵੀ ਕੋਈ ਗੁਰੇਜ਼ ਨਹੀਂ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੇ ਸ਼ਰਧਾਲੂਆਂ ਨੂੰ ਜਾਣਕਾਰੀ ਦੇਣ ਦੇ ਵਿੱਚ ਸਾਰੇ ਫੇਲ ਹੋਏ ਆ ਉਹਦੇ ਵਿੱਚ ਮੀਡੀਆ ਵੀ ਕਹਿ ਸਕਦੇ ਸਭ ਤੋਂ ਵੱਡੀ ਰਿਸਪੋਂਸੀਬਿਲਟੀ ਪੰਜਾਬ ਸਰਕਾਰ ਦੀ ਸੀ ਉਹਦੇ ਦੂਸਰੀ ਰਿਸਪੋਂਸੀਬਿਲਟੀ ਮੀਡੀਆ ਦੀ ਸੀ ਇੰਨੇ ਸਾਲ ਮਤਲਬ 6 ਮਹੀਨਿਆਂ ਤੋਂ ਸਾਲ ਤੋਂ ਅਸੀਂ ਡਿਸਕਸ ਕਰੀ ਜਾ ਰਹੇ ਹਾਂ ਕਰਤਾਰਪੁਰ ਕੋਰੀਡੋਰ ਪਰ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦੇ ਸਕੇ ਔਰ SGPC ਨੂੰ ਵੀ ਚਾਹੀਦਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਥਾਂ 'ਤੇ ਘੱਟੋ ਘੱਟ ਇੱਕ ਯਾਨੀ ਕਿ ਉਹ ਬਣਵਾ ਕੇ ਉੱਥੇ ਉਹ ਜ਼ਰੂਰ ਲਾਏ ਜਾਣ ਤਾਂ ਕਿ ਪਿੰਡਾਂ ਦੇ ਵਿੱਚੋਂ ਸ਼ਰਧਾਲੂਆਂ ਨੇ ਜਾਣਾ ਹੈਗਾ ਅਤੇ ਉਹ ਅਵੇਅਰ ਉੱਥੋਂ ਹੋ ਸਕਣ ਠੀਕ ਹੈ ਹਾਂਜੀ ਬਰਾੜ ਸਾਹਿਬ ਮੈਂ ਇੱਕ ਛੋਟਾ ਜਿਹਾ ਸਪਸ਼ਟੀਕਰਨ ਦੇਊਂਗਾ ਸੁਖਦੇਵ ਸਿੰਘ ਜੀ ਦੀ ਗੱਲ ਦਾ ਪਹਿਲੀ ਗੱਲ ਤਾਂ SGPC ਨੇ ਕੋਈ 10 ਕਰੋੜ ਦੀ ਸਟੇਜ ਨਹੀਂ ਲਾਈ ਉਹ ਜਿਹੜਾ 2-2.5 ਕਰੋੜ ਦਾ ਜਿੰਨਾ ਉੱਥੇ ਖਰਚ ਆਇਆ ਹੈ ਉਹ ਆਇਆ ਔਰ ਤੁਸੀਂ ਇੱਕ ਗੱਲ ਮੈਂ ਹੋਰ ਯਾਦ ਕਰਾ ਦਿਆਂ ਵੀ SGPC ਦਾ ਕੰਮ ਡੇ ਬਿਲਕੁਲ ਦਿਨ ਦੇ ਦਿਨ ਤਿਆਰ ਹੋਇਆ ਕਿਉਂ ਕਿਉਂਕਿ ਉਹ ਸਟੇਡੀਅਮ ਵਿਹਲਾ ਰੱਖਿਆ ਸੀ ਆਪਾਂ ਸਟੇਜਾਂ ਦੇ ਫਸੇ ਰਹਿ ਜਾਾਂਗੇ ਇੱਕ ਸੈਕਿੰਡ ਜੀ ਕੋਈ ਸੈਕਿੰਡ ਕਿ ਜੇ ਸਰਕਾਰ ਇੱਥੇ ਲਾਉਣਾ ਚਾਹੁੰਦੀ ਹੈ ਤੇ ਸਰਕਾਰ ਲਾ ਦੇ ਪ੍ਰੋਗਰਾਮ ਸਾਂਝਾ ਹੋ ਜਾਊਗਾ ਇਹਨਾਂ ਨੇ ਆਪਦਾ ਵੱਖਰਾ ਕੱਢਿਆ 50-60-70 ਕਰੋੜ ਰੁਪਇਆ ਲਾਇਆ ਤੇ 10 ਕਰੋੜ 'ਚ ਨਹੀਂ ਸਾਰਿਆ ਇੱਕ ਮੈਂ ਦੂਜੀ ਬੇਨਤੀ ਇਹ ਕਰਦਿਆਂ ਜਿਹੜੀ ਆਪਾਂ ਗੱਲ ਮੁੱਦੇ 'ਤੇ ਆਈਏ ਦੇਖੋ 2-3 ਗੱਲਾਂ ਹੈ ਜਿਹੜੇ ਇਸ਼ਤਿਹਾਰਾਂ ਦੀ ਇਹਨਾਂ ਨੇ ਗੱਲ ਕਰਤੀ ਹੈ ਜਿਸ ਦਿਨ ਘੱਟੋ ਘੱਟ ਸਪਸ਼ਟ ਹੋ ਗਿਆ ਸੀ ਕਿ ਪਾਸਪੋਰਟ ਦੀ ਲੋੜ ਹੈ ਉਸ ਦਿਨ ਇੱਕ ਫੁੱਲ ਪੇਜ ਦੇ ਸਾਰੇ ਅਖਬਾਰਾਂ ਦੇ ਇਸ਼ਤਿਹਾਰ ਸਰਕਾਰ ਦੇ ਆਏ ਆ ਕੈਪਟਨ ਸਾਹਿਬ ਦੀ ਫੋਟੋ ਨਾਲ ਗੁਰੂ ਸਾਹਿਬ ਦੀ ਫੋਟੋ ਨਾਲ ਵੀ ਪਰ ਉਹਦੇ 'ਚ ਜਿੰਨਾ ਕੁਛ ਲਿਖਿਆ ਸੀ ਜਾਣਕਾਰੀ ਦਿੱਤੀ ਜਾ ਸਕਦੀ ਸੀ ਨਹੀਂ ਦਿੱਤੀ ਇਹਨਾਂ ਨੇ ਅੱਜ ਤੀਕਰ ਵੀ ਕੋਈ ਇਸ਼ਤਿਹਾਰ ਨਹੀਂ ਦਿੱਤਾ ਇੱਕ ਦੂਜੀ ਮੈਂ ਬੇਨਤੀ ਇਹ ਕਰਦਿਆਂ ਕਿ ਜਿਹੜਾ ਸਭ ਤੋਂ ਵੱਡਾ ਇੱਕ ਭੰਬਲ ਭੂਸਾ ਪਿਆ ਜਾਂ ਇੱਕ ਭੁਲੇਖਾ ਪਿਆ ਇਮਰਾਨ ਖਾਨ ਸਾਹਿਬ ਨੇ ਟਵੀਟ ਕਰਤਾ ਅਤੇ ਫੌਜ ਉੱਥੋਂ ਦੀ ਮੰਨੀ ਨਹੀਂ ਹਾਲਾਂਕਿ ਉੱਥੋਂ ਦੀ ਮੇਰਾ ਖਿਆਲ ਹੈ ਕਿ ਇਮਰਾਨ ਖਾਨ ਸਾਹਿਬ ਫੌਜ ਇਹ ਤਾਂ ਚਾਹੁੰਦੇ ਆ ਵੀ ਵੱਧ ਲੋਕ ਆਉਣ ਅਤੇ ਸਾਡੇ ਕੋਲ ਸ਼ਰਮਾਇਆ ਵੀ ਵੱਧ ਆਊਗਾ ਪਰ ਇਹ ਪਾਸਪੋਰਟ ਦੀ ਸ਼ਰਤ ਕਿਉਂ ਉਹਨਾਂ ਨੇ ਡਿਨਾਈ ਕਰਤੀ ਇਹ ਸਾਡੇ ਵੀ ਸਮਝੋਂ ਬਾਹਰ ਹੈ ਜੇ ਆਪਾਂ ਭਾਰਤ ਦੀ ਸਰਕਾਰ ਨੂੰ ਦੋਸ਼ੀ ਬਣਾਈਏ 500-600 ਕਰੋੜ ਰੁਪਇਆ ਖਰਚਿਆ 80 ਕਾਊਂਟਰ ਖੋਲ੍ਹੇ 80 ਕਾਊਂਟਰ 5,000 ਬੰਦਾ ਆਵੇ ਤਾਂ ਉਹਨਾਂ ਦਾ 2 ਘੰਟਿਆਂ ਦੇ ਵਿੱਚ ਹੀ ਲੰਘਾਉਣ ਦਾ ਇੰਤਜ਼ਾਮ ਉਹਨਾਂ ਨੇ ਰੱਖਿਆ ਅਤੇ ਇਹ ਕਿਉਂ ਕਰਨਗੇ ਇੱਕ ਇਹ ਗੱਲਾਂ ਗਲਤ ਨੇ ਮੇਰੀ ਇਹ ਬੇਨਤੀ ਹੈ ਹੁਣ ਆਪਾਂ ਗੱਲ ਮੁੱਦੇ 'ਤੇ ਆਈਏ ਕਿ ਉਹਨਾਂ ਨੇ ਨਾ ਤਾਂ ਪਾਸਪੋਰਟ ਹਟਾਇਆ ਆਪਾਂ ਨੂੰ ਘੱਟੋ ਘੱਟ ਆਨਲਾਈਨ ਅਪਲਾਈ ਕਰਨਾ ਪੈਣਾ ਜਿੰਨੇ ਵੀ ਜਹਾਜ਼ ਦੀਆਂ ਟਿਕਟਾਂ ਬੁੱਕ ਕਰਦੇ ਆ ਜਿੰਨੇ ਵੀ ਰੇਲਵੇ ਦੀਆਂ ਕਰਦੇ ਆ ਭਾਵੇਂ ਉਹ 10 ਲੈਣ 20 ਲੈਣ 50 ਲੈਣ ਪ੍ਰਾਈਵੇਟ ਜਿਹੜੇ ਸਾਈਬਰ ਕੈਫੇ ਉਹਨਾਂ 'ਤੇ ਜਾ ਕੇ ਆਪਾਂ ਨੂੰ ਅਪਲਾਈ ਕਰਨ ਵਾਸਤੇ ਆਨਲਾਈਨ ਅਪਲਾਈ ਕਰਨਾ ਪੈਣਾ ਔਰ ਫਿਰ ਇਹ ਜਿਹੜਾ ਹੈਗਾ ਕੰਮ ਸਿਰੇ ਚੜ੍ਹਨਾ ਔਰ ਮੈਂ ਫਿਰ ਦੁਹਰਾ ਦਿਆਂ ਮੋਰ ਕੋਈ ਨਹੀਂ ਲੱਗਣੀ ਔਰ ਉੱਥੇ ਜਾ ਕੇ ਇੰਨਾ ਕੁ KBG ਮਨ ਨੂੰ ਸਕੂਨ ਮਿਲਦਾ ਹੈ ਮੇਰਾ ਮਨ ਭਰਿਆ ਨਹੀਂ ਕਿਉਂਕਿ ਉੱਥੇ ਅਸੀਂ ਲੇਟ ਗਏ ਹੁਣ ਤਾਂ ਇਹ ਹੈਗਾ ਕਿ 8 ਵਜੇ ਤੋਂ 12 ਵਜੇ ਤੀਕਰ ਸੰਗਤ ਜਾਇਆ ਕਰੂਗੀ ਅਤੇ 1 ਤੋਂ 5 ਵਜੇ ਤੀਕਰ ਵਾਪਸ ਆਇਆ ਕਰੂਗੀ 1 ਵਜੇ ਵੀ ਵਾਪਸ ਮੁੜ ਸਕਦਾ ਅਤੇ 5 ਵਜੇ ਵੀ ਵਾਪਸ ਮੁੜ ਸਕਦਾ ਕਿਉਂਕਿ ਅਸੀਂ ਗਏ ਹੀ 1 ਵਜੇ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਸੀ ਅਤੇ ਸਭ ਜ਼ਿੰਮੇਵਾਰੀ ਸੀ ਸਾਰਿਆਂ ਦੀ ਨਾਲ ਦੀ ਕਿਸੇ ਬਜ਼ੁਰਗ ਨੂੰ ਸਾਂਭਣਾ ਕਿਸੇ ਨੂੰ ਕੁਛ ਕਰਨਾ ਅਤੇ ਮਤਲਬ ਜਿੰਨਾ ਟਾਈਮ ਗੁਰੂ ਸਾਹਿਬ ਨੂੰ ਦੇਣਾ ਸੀ ਉਹ ਦੇ ਨਹੀਂ ਪਾਏ ਮੇਰਾ ਮਨ ਨਹੀਂ ਭਰਿਆ ਮੇਰੀ ਇਹ ਬੇਨਤੀ ਹੈ ਜਿਹਨੇ ਜਾਣਾ 1 ਦਿਨ ਪਹਿਲਾਂ ਆ ਕੇ ਅੰਮ੍ਰਿਤਸਰ ਸਾਹਿਬ ਰੁਕੋ ਗੁਰਦਾਸਪੁਰ ਆ ਕੇ ਰੁਕੋ ਉੱਥੋਂ ਚੱਲ ਕੇ ਸਵੇਰੇ 8 ਵਜੇ ਐਂਟਰੀ ਕਰਾਓ ਤੁਸੀਂ ਕੁੱਲ 20 ਮਿੰਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਪਹੁੰਚੋਗੇ ਜਦੋਂ ਤੁਸੀਂ ਬਾਰਡਰ ਕ੍ਰਾਸ ਕਰਕੇ ਕੁੱਲ 20 ਮਿੰਟਾਂ 'ਚ ਉੱਧਰ ਵੀ ਕਾਊਂਟਰ ਬਣੇ ਨੇ ਬੜੀਆਂ ਵੱਡੀਆਂ ਸਹੂਲਤਾਂ ਉੱਧਰ ਵੀ ਹੈਗੀਆਂ ਔਰ ਬੜਾ ਵੈਲਕਮ ਢਿੱਡੋਂ ਲੋਕ ਕਰ ਰਹੇ ਨੇ ਗੁਰਦੁਆਰਾ ਸਾਹਿਬ 'ਚ ਜਾ ਕੇ ਫਿਰ ਜਿਹੜੀ ਭੁੱਖ ਲੈਂਦੀ ਹੈ ਮੈਂ ਤਾਂ ਉਮੀਦ ਕਰਦਾ ਔਰ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰਗਾ ਵੀ ਜਿਹੜੇ ਬਾਕੀ ਗੁਰਦੁਆਰੇ ਸਾਹਿਬ ਆ ਉਹ ਵੀ ਜੋੜੇ ਜਾਣ 1 ਦਿਨ ਦਾ ਜਾਂ 2 ਦਿਨ ਦਾ ਬਣਾਇਆ ਜਾਵੇ ਵਾਪਸ ਸਭ ਨੇ ਆ ਹੀ ਜਾਣਾ ਕੀ ਫਰਕ ਪੈਣਾ ਇਸ ਕਰਕੇ ਕਿ ਆਈ ਵਾਂਟ ਟੂ ਕਲੈਰੀਫਾਈ ਵਨ ਐਂਡ ਸਾਨੂੰ ਸਭ ਨੂੰ ਪਤਾ ਲੱਗ ਰਿਹਾ ਕਿ ਪ੍ਰੋਬਲਮਸ ਕੀ ਨੇ ਲੇਕਿਨ ਅਗਰ ਅਸੀਂ ਪ੍ਰੋਬਲਮਸ ਵਿੱਚ ਹੀ ਉਲਝੇ ਰਵਾਂਗੇ ਤਾਂ ਸਾਡੇ ਜਿਹੜੇ ਸ਼ਰਧਾਲੂ ਜਾਣਾ ਚਾਹੁੰਦੇ ਨੇ ਉਹ ਉੱਥੇ ਦੇ ਉੱਥੇ ਆਪਾਂ ਸੋਲੂਸ਼ਨ ਵੱਲ ਜਾਈਏ ਸੋ ਅਸੀਂ ਸੋਲੂਸ਼ਨ ਵੱਲ ਚੱਲੀਏ ਔਰ ਜੋ ਅਕਾਲੀ ਦਲ ਦੇ ਰਿਪ੍ਰੈਜੈਂਟੇਟਿਵ ਕਹਿ ਰਹੇ ਨੇ ਆਈ ਥਿੰਕ ਹੀ ਇਜ਼ ਔਨ ਦ ਰਾਈਟ ਲਾਈਨਸ ਜੋ SGPC ਨੇ ਵੀ ਫੋਰਵਰਡ ਆਉਣ ਦੀ ਕਿਹਾ ਕਿ ਵੀ ਅਸੀਂ ਗੁਰਦੁਆਰਿਆਂ ਵਿੱਚ ਕੈਂਪਸ ਲਗਾਵਾਂਗੇ ਜਾਂ SGPC ਪੂਰਾ ਉਹਨਾਂ ਦੀ ਰਜਿਸਟ੍ਰੇਸ਼ਨ ਹੈਂਡਲ ਕਰਨ ਲੱਗ ਜਾਏ ਜਿਸ ਤਰ੍ਹਾਂ ਜੱਥੇ ਭੇਜਦੇ ਨੇ ਦੇ ਕੈਨ ਈਜ਼ਲੀ ਡੂ ਇਟ ਔਰ ਬੜਾ ਐਕਸਪੀਰੀਅੰਸ SGPC ਨੂੰ ਦੂਜਾ ਜਿਹੜੇ ਯੰਗ ਲੜਕੇ ਨੇ ਜਿਹਨਾਂ ਨੂੰ ਕੰਪਿਊਟਰ ਆਉਂਦੇ ਚੰਗੀ ਤਰ੍ਹਾਂ
करतारपुर साहब जाएंगे मध्य प्रदेश तो वह उन्होंने पूरी मदद करेगी। सो आई थिंक पंजाब गवर्नमेंट एट द फर्स्ट थिंग जिहड़े साडे बजुर्ग लोग ने उन्हां दी रिस्पोंसिबिलिटी किसी ना किसी तरह दे शुड टेक ओवर। और मेन ऑब्जेक्टिव सब तो वड्डी गल इह है कि ये जिहड़े यात्री ने ये जिहड़े भी जिन्ने भी उलझना ने प्रॉब्लम्स ने इन्हां नूं फेस करके किते ना किते अपने दर्शन जा के देन, क्योंकि अगर ये जाते रहेंगे तो कोरीडोर कायम रहेगा, नहीं तो लोगों ने कहना जी देखो एक बड़ी प्रॉब्लम आ रही है पाकिस्तान में। पाकिस्तान में इमरान खान जिन्हें पूरा इनिशिएटिव लिता है, जनरल बाजवा ने भी लिता है, उन्होंने क्रिटिसिजम आ रही है कि तुम तो करोड़ों रुपए खर्चते कोरीडोर पर, तो इंडिया तो तुहाडे ते बंदे नहीं कोई आ रहे, तुहाडे ते सारा नुकसान हो गया। सो अगर उत्थे क्रिटिसिजम ज़्यादा आ गई तो उत्थों भी नैगेटिविटी इन्नी आ जानी है कि कोरीडोर नू नुकसान हो जाए। ठीक है अग्रवाल साहब, एक सवाल का जवाब दो, फिर मैं ब्रेक लेनी है। ये सेंटर सरकार का प्रोजेक्ट है सारा, सेंटर सरकार ने पूरी भूमिका निभाई है उधरली सरकार ने सारा कुछ तुसी ड्राफ्ट साइन किए एग्रीमेंट साइन होया है। सवाल यह है अग्रवाल साहब, जे ये सरकार अवेयर नहीं कर पा रही तुसी कर दो, तुसी क्यों नहीं करते? बिल्कुल करना चाहिए और जरूर होएगा भी। और सरकार ने पहला भी पूरी ईमानदारी काम किया, केंद्र सरकार ने भी और पंजाब सरकार ने भी सहयोग किया। ये ऐसिया गल् इसनों असी नुकसान करते हैं और ये पार्टी वाइज तो उपर उठ के गल आ, ये गुरु घर की गल आ, ये किसी एक व्यक्ति की गल नहीं है। और मैं समझना कि सानू जिहड़ा संगत नूं ज़्यादा तो ज़्यादा भेजने लिए उत्साहित करना चाहिए और उन्हां दियां मुश्किलां भी दूर करनियां चाहीदियां ने। वो सारयां नूं पंजाब सरकार भी उपराला करे, श्रोमणी कमेटी भी कर रही है और केंद्र सरकार नूं भी जरूर रिक्वेस्ट करांगे कि वो करे, सारयां नूं एक मंच ते आउणा चाहीदा। बिल्कुल बिल्कुल। चलो एक होर छोटा ब्रेक लवांगे, ब्रेक तो वापस आवांगे। वापस आके सवाल है जिहड़े वो ये भी किए जाएंगे कि जिहड़ी दिक्कत हैगी बजुर्गों वाली दिक्कत जिहड़ी दसी जा रही हैगी, होर दिक्कतां हैगियां कि कई उत्थे श्रद्धालु पहुँचे वो कहिंदे कि साडा सानू जिहड़ी वो मंजूरी नहीं मिलेगी, उन्हां दी पत्नी नूं मिल गई जां पत्नी नूं नहीं मिली तो उन्हां दे पति नूं मंजूरी मिल गई जां बच्चों नूं मिल गई, इहो जिहे कई दिक्कतां हैगियां। परिवार जिहड़ा वो पूरी तौर पर इकट्ठा क्यों नहीं जा पा रहा, यह सवाल भी बड़ा महत्वपूर्ण हैगा कि इस तरीके नाल मंजूरी क्यों दिती जा रही है कि जदों कट्ठे वो अप्लाई करते हैं जां दिक्कत हैगी उन्होंने दिक्कत दसी क्यों नहीं जा रही है कि सवाल बहुत सारे है। तकरीबन 54 काउंटर उत्थे बने हुए हैगे जिन्हां दे विच ये सारी सुनवाई होनी है, पर वो कहिंदे कि सानूं मिलन नहीं दिता जा रहा। बहुत सारे इहो जिहे सवाल हैगे, संगत दे मन की गल करदा मैं, आपदे मन की नहीं करदा। ब्रेक तो वापस आ रहा वालिको पुछने करतारपुर लांघा पार करन वे संगत लई असल विच अड़िका की है क्या? विक्रमजीत जिहड़ा सवाल तुसीं पहलां चुकिया हैगा मैं उसे सवाल नूं अगे वधाउणा चाहूँगा कि जे इस तरह दिक्कतां आउंदियां रहियां करतारपुर लांघे ते संकट आ जिहड़ा वो मंडरा सकता हैगा। सवाल यह हैगा पहलां यह सवाल उठते सी कि सरकारां नहीं चाहुंदियां गा कि लांघा खुले, कुछ ने इधर इल्ज़ाम लाया कि इधर कोई ताकतां हैगियां, कुछ ने उधर इल्ज़ाम लाया कि उधर कुछ ताकतां हैगियां, हुण लांघा भी खुल गया, हुण मसला संगत ते आ के अटक गया। असीं कदों तक इहो जी डिबेट करदे रहांगे जिहड़ी करतारपुर लांघे ते केंद्रित रहेगी? विक्रम जी देखो करतारपुर लांघा जिहड़ा है इट इज़ एक आइसोलेशन विच नहीं देखा जा सकता, ये एक पार्ट ऑफ लार्जर ट्रैजेक्टरी जिन्होंने कहते हैं इंडो पाक रिलेशन। सो अगर असी सोच के करतारपुर बिल्कुल ही असी इनू आइसोलेट कर देंगे वो भी फिजिबल बिल्कुल नहीं है और सानू ध्यान रखना पैना। तुसी देखो एक पॉइंट नोट करो कि जिस दिन इमरान खान ने ओपन किया है 9 तरीक नूं उन्होंने कश्मीर का मुद्दा उस स्टेज पर रेज किया और बड़ी वसिफरसली रेज किया, एंड आई थिंक वो क्रिटिसिजम भी हुआ कि तुसी करतारपुर नूं कश्मीर नाल क्यों जोड़ रहे हो। देखा सो आई थिंक ये पाकिस्तान भी अपनी गेम्स तो हट नहीं रहा। और विक्रम जी मैं तुहाडे सवाल नाल जोड़ रहा हां जी, जो इमरान खान साहब ने उधर सवाल चुके इधर कैप्टन अमरिंदर सिंह ने सवाल चुके, हाँ जी बिल्कुल, ते मिस्टर मोदी का भाषण उदन बदलिया बदलिया नजर आ रहा है। 25 मिनट उन्होंने जी स्पीच दी है, 25 मिनट के जिस तरीके मिस्टर मोदी ने इमरान का धनवाद किया है, जिस तरीके बाणी के सलोक दसे गए है, जिस तरीके पूरा संबोधन किया गया है, वो बदले हुए मोदी लगते पे मैंने उस दिन। देखो करतारपुर साहब की जी एक वड्डा जिहड़ा उहदा गुड जां गेन होया जां उहदा एक चंगी गल हुई है कि वो इंडो पाकिस्तान विच जिहड़ी रिटोरिक सी जिहड़ी टेंशन सी वो थोड़ी घट हुई ने। वो इमरान खान की स्पीच और मोदी साहब की स्पीच दोनों विच तुसीं देखो कि नरमी आई है, नहीं तो पहला तो इमरान न्यूकलीयर वॉर और ये हो जूगा और दोनों देश बर्बाद हो जाएंगे पहला वो स्पीचा दे रहे थे, पर करतारपुर की स्पीच उन्होंने काफ़ी नरमी नाल कीती है।
मोदी साहब ने भी अपना जरा रटोरिक नॉर्मली करते हैं एंटी पाकिस्तान बहुत क्योंकि उन्होंने पोलीटिकली बेनीफिट करता इंडिया में वो भी उन्होंने टोन डाउन करके इमरान खान की इनफैक्ट तारीफ ही की है ना उ मैं कह रहा कि जरा करतारपुर लांघा ये दोनों देशों लिए एक बड़ी वधिया चीज़ है क्योंकि टेंशन बहुत ज़्यादा ने और यदा सबूत एक बड़ा वधिया है यूनाइटेड नेशन के सैकटरी जनरल ने स्टेटमेंट दी है करतारपुर साहब कोरीडोर में वेलकम किया उन्होंने स्टेटमेंट आई है यूएस स्टेट डिपार्टमेंट की स्टेटमेंट आई है चाइना की फॉरन मिनिस्ट्री की स्टेटमेंट आई है वेलकमिंग करतारपुर सो कितने ना कितने करतारपुर साहब के थ्रू इंडिया और पाकिस्तान की जिड़िया टेंशन इनिया वधिया हुई हैं एक एक कॉमन ग्राउंड जहाँ छोटा जहाँ मिल जाता है कि तुम अपनी रिटोरिक हेठा करो प्यार अमन नाल गल करो एटलीस्ट तुम एक दूजे नाल गल कर दो अपनी लैंगुएज तो ठीक करो ठीक है सो उहदे नाल इह फायदा होया लेकिन लार्जर पिक्चर में देखना होगा करतारपुर साहब बट लेकिन इहदी कॉम्प्लीकेशन बहुत गहरिया ने केपी जी प्लीज़ रिमैंबर कि 2004 और 2005 विच वाजपेयी साहब और मुफ्ती सैयद ने LOC दे आर पार लोगों का आना जाना और ट्रेड बड़े शै बड़ी खुशी नाल बड़े पॉजिटिविटी नाल खोलिया सीगा तुसीं अज देखो उहदा की हाल होया सो द डेंजर ऑफ करतारपुर फॉलिंग इन टू द इंडो पाकिस्तान ट्रैप जिन्हों कहते ना जिहड़ी ये खाई है इंडो पाकिस्तान रिलेशन्स वो ऑलवेज रहेगा और मैं दस्या कि इमरान खान ने कश्मीर नू रेज किया करतारपुर साहब की सैरमनी ते दूजी साइड तुसी देखो इंडिया दे किन्ने वॉइसिज ने कि करतारपुर साहब ISI गेम प्लैन है करतारपुर साहब जाके सारे श्रद्धालु टैररिस्ट बन जाएंगे रेडिकल मैं एक सवाल मैं पूछागा फिर तुसी अपनी डिबेट होर अगे लैके जाओ साढ़े जत्थे 4-5 SGPC हर साल लैके जाती है पाकिस्तान गुरुद्वारे दर्शन होते हैं उत्थे गोपाल चावला भी स्लोगन करता है पिंडरांवाला की फोटो भी लगदिया ने हर चीज़ होती है मैनू कैप्टन अमरिंदर सिंह जी ये दसन कि इन्होंने 26 मॉड्यूल टैररिज्म दे अरैसट किए ने तोड़े ने अपनी टनियोर च उन्होंने किन्ने बंदे ये जिहड़े SGPC दे जत्थियां विच गए ने पाकिस्तान ਉਹਨਾਂ ਵਿੱਚੋਂ ਕਿੰਨੇ ਬੰਦੇ ਟੈਰਰਿਜ਼ਮ ਦੇ ਚਾਰਜ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਫੜੇ ਨੇ ਇਸ ਸਵਾਲ ਦਾ ਮੈਨੂੰ ਜਵਾਬ ਦੇਣ ਰੋਪੜ ਸਾਹਿਬ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ ਨਹੀਂ ਦੇਖੋ ਗੱਲ ਇਹ ਹੈ ਜੀ ਉੱਠ ਬੈਠ ਕੇ ਆਪਾਂ ਇੱਕ ਸਵਾਲ ਰੇਜ਼ ਕਰ ਦੇਣਾ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਦਸ਼ੇ ਨੇ ਉਹ ਬਿਲਕੁਲ ਸੱਚੇ ਹੈ ਔਰ ਇਸ ਸਵਾਲ ਦੇ ਵਿੱਚ ਕੋਈ ਉਹ ਨਹੀਂ ਠੀਕ ਹੈ ਇੱਥੇ ਆਪਾਂ ਬੈਠ ਕੇ ਆਪਾਂ ਵਧੀਆ ਵਧੀਆ ਗੱਲਾਂ ਕਰਕੇ ਆਪਾਂ ਵਧੀਆ ਵਧੀਆ ਸਵਾਲ ਰੇਜ਼ ਕਰ ਸਕਦੇ ਹਾਂ ਆਪਾਂ ਇਹ ਕਹਿ ਸਕਦੇ ਕਿ ਪ੍ਰਕਾਸ਼ਪੁਰਬ ਵਾਲੇ ਦਿਨ ਕੈਪਟਨ ਸਾਹਿਬ ਨੇ ਨਰਮ ਰੁੱਖ ਅਪਣਾਇਆ ਆਪਾਂ ਇਹ ਕਹਿ ਸਕਦੇ ਹਾਂ ਮੈਂ ਕਹਿੰਦਾ ਜੀ ਕੈਪਟਨ ਸਾਹਿਬ ਨੇ ਨਰਮ ਰੁੱਖ ਅਪਣਾਇਆ ਕਿ ਸਖਤ ਰੁੱਖ ਅਪਣਾਇਆ ਇਹ ਮੈਟਰ ਨਹੀਂ ਕਰਦਾ ਕੈਪਟਨ ਸਾਹਿਬ ਨੇ ਜੋ ਬੋਲਿਆ ਸੱਚ ਬੋਲਿਆ ਔਰ ਉਹ ਗੱਲ ਜਿਹੜੀ ਉਹਨਾਂ ਨੇ ਕਹੀ ਆ ਔਰ ਪਹਿਲਾਂ ਸ਼ੁਰੂ ਤੋਂ ਡੇ ਵਨ ਉਹ ਕੰਸਿਸਟੈਂਟ ਨੇ ਪਰ ਮੈਂ ਤੁਹਾਨੂੰ ਇੱਕ ਦੂਜੀ ਗੱਲ ਵੀ ਦੱਸ ਦਿਆਂ ਔਰ ਜਿਹੜੇ ਅੱਜ ਕੱਲ੍ਹ ਕ੍ਰਿਟੀਸਾਈਜ਼ ਕਰਦੇ ਨੇ ਵੀ ਆ ਜੀ ਉਹਨੇ ਕੈਪਟਨ ਸਾਹਿਬ ਨੇ ਇਹ ਕਿਉਂ ਬੋਲਿਆ ਉਹ ਕਿਉਂ ਬੋਲਿਆ ਕਿਉਂਕਿ ਹਰ ਇੱਕ ਬੰਦੇ 'ਤੇ ਅੱਜ ਕੱਲ੍ਹ ਇੱਕ ਟ੍ਰੈਂਡ ਬਣ ਗਿਆ ਵੀ ਕੋਈ ਵੀ ਲੀਡਰ ਬੋਲਦਾ ਮੇਰੇ ਮੁਤਾਬਕ ਬੋਲੇ ਉਹ ਆਪ ਕਿਉਂ ਬੋਲਿਆ ਉਹਦੇ ਵਿਚਾਰ ਕਿਉਂ ਪ੍ਰਗਟ ਕਰ ਰਿਹਾ ਕਿਉਂਕਿ ਆਪਾਂ ਆਪਣੇ ਵਿਚਾਰ ਚਾਹੁੰਦੇ ਹੋ ਮੇਰੇ ਵਿਚਾਰ ਉਹ ਬੋਲੇ ਇਸ ਕਰਕੇ ਇੱਦਾਂ ਨਹੀਂ ਹੁੰਦਾ ਇਹ ਡੈਮੋਕ੍ਰੇਸੀ ਹੈ ਜੋ ਕੈਪਟਨ ਸਾਹਿਬ ਨੇ ਖਦਸ਼ੇ ਪ੍ਰਗਟ ਕੀਤੇ ਜਿਹੜੇ ਖਦਸ਼ੇ ਪ੍ਰਗਟ ਕੀਤੇ ਆ ਉਹ ਬਿਲਕੁਲ ਸਹੀ ਆ ਔਰ ਮੈਂ ਦੂਜੀ ਗੱਲ ਕਹਾਂ ਜਿਹੜਾ 2020 ਦਾ ਜਿਹੜਾ ਆਪਣੀ ਉਹ ਵੈਬਸਾਈਟ ਹੈ ਉਹਦਾ ਉਹ ਪਾਕਿਸਤਾਨ ਹੈਗਾ ਉੱਥੋਂ ਦਾ ਜਿਹੜਾ ਉਹਦਾ ਐਡਰੈਸ ਵੀ ਪਾਕਿਸਤਾਨ ਹੈ ਤੁਸੀਂ ਇਹਨਾਂ ਗੱਲਾਂ ਨੂੰ ਡਿਨਾਈ ਨਹੀਂ ਕਰ ਸਕਦੇ ਤੀਜੀ ਗੱਲ ਮੇਰੀ ਗੱਲ ਹੁਣ ਪੂਰੀ ਸੁਣ ਲਓ ਜਦੋਂ ਟੈਰਰਿਜ਼ਮ ਆਇਆ ਜਦੋਂ ਅਸੀਂ ਉਹ ਕੈਟੇਗਰੀਜ਼ ਕਰਦੇ ਸੀ ਨਾ ਸਾਡੇ ਕੋਲੇ 200 ਬੰਦੇ ਹੀ ਇਹ ਕੈਟਾਗਰੀ ਦਾ ਟੈਰਰਿਸਟ ਸੀਗਾ ਜਿਨ੍ਹਾਂ ਨੇ ਕਿ ਸਾਨੂੰ 20 ਸਾਲ ਸਪੈਸਿਫਿਕ ਮੈਂ ਸਪੈਸਿਫਿਕ ਜਵਾਬ ਦੇ ਰਿਹਾ ਦਿੱਤਾ ਗਿਆ ਸੀਗਾ ਮੈਂ ਕਹਿੰਦਾ 20 ਸਾਲ ਜਿਹੜੇ ਮੋਡਿਊਲ ਤੁਸੀਂ ਬਸ ਕੀਤੇ ਆ 26 ਮੋਡਿਊਲ ਉਹਦੇ ਵਿੱਚ ਕੋਈ ਜੱਥੇ ਵਾਲਾ ਬੰਦਾ ਹੈ ਜਾਂ ਨਹੀਂ ਮੈਂ ਕਹਿੰਦਾ ਇਹ ਗੱਲ ਉਹ ਭੁੱਲ ਗਏ ਅਸੀਂ ਉੱਥੇ ਸਾਡਾ ਜੱਥਾ ਗਿਆ ਹੋਵੇ ਇੱਕ ਮਿੰਟ ਸਾਡਾ ਜੱਥਾ ਗਿਆ ਹੋਵੇ ਸਾਡੇ ਹਾਈ ਕਮਿਸ਼ਨ ਨੂੰ ਉੱਥੇ ਅੰਦਰ ਨਾ ਵੜਨ ਦੇਣੋ ਇਹ ਗੱਲ ਨੂੰ ਆਪਾਂ ਭੁੱਲ ਜਾਂਦੇ ਹਾਂ ਹਾਂ ਨੀਲ ਗਰਗ ਸਾਡਾ ਹਾਈ ਕਮਿਸ਼ਨ ਜਿਹੜਾ ਕਿ ਸਾਡਾ ਸੀਗਲ ਉਹ ਹੈ ਉਹਨੂੰ ਉੱਥੇ ਅੰਦਰ ਨਹੀਂ ਵੜਨ ਦਿੱਤਾ ਨੀਲ ਗਰਗ ਲਾਸਟ ਵਰਡ ਗੁਰਦੁਆਰਾ ਸਾਹਿਬ ਦੇ ਲਾਸਟ ਵਰਡ ਨੀਲ ਗਰਗ ਸਰ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਜਦੋਂ ਦਾ ਮੁਲਕ ਆਜ਼ਾਦ ਹੋਇਆ ਪਾਕਿਸਤਾਨ ਅਤੇ ਇੰਡੀਆ ਦੇ ਸੰਬੰਧ ਜਿਹੜੇ ਆ ਉਹ ਬਹੁਤੇ ਵਧੀਆ ਨਹੀਂ ਹੈ ਪਰ 550ਵਾਂ ਜਿਹੜਾ ਹੈਗਾ ਪ੍ਰਕਾਸ਼ਪੁਰਬ ਇੱਕ ਐਸਾ ਯਾਨੀ ਕਿ ਮੌਕਾ ਸਾਡੇ ਕੋਲ ਆਇਆ ਉਹ ਰਿਲੇਸ਼ਨ ਠੀਕ ਹੋ ਸਕਦੇ ਆ ਅਨਸੈਸਰੀ ਇੱਦਾਂ ਦੇ ਖਦਸ਼ੇ ਜ਼ਾਹਿਰ ਕਰੀ ਜਾਣਾ ਔਰ ਇਹੋ ਜਿਹੇ ਮੌਕੇ 'ਤੇ ਇਹੋ ਜਿਹੇ ਭਾਸ਼ਣ ਦੇਣਾ ਇਹ ਸ਼ੋਭਾ ਨਹੀਂ ਦਿੰਦੇ ਮੈਂ ਦੇਖੋ ਇੱਕ ਚੀਜ਼ ਮੈਂ ਦੱਸਾਂ ਤੁਸੀਂ ਮੈਨੂੰ ਇਹ ਚੀਜ਼ ਦੱਸੋ ਵੀ ਇਹ ਕਹਿ ਰਹੇ ਨੇ ਕਿ ਤਾਂ ISI ਦੀ ਸਾਜਿਸ਼ ਹੈਗੀ ਹੈ ਰਸਤਾ ਖੋਲ੍ਹਣਾ ਪਿਛਲੇ 72 ਸਾਲਾਂ ਤੋਂ ਸਿੱਖ ਸੰਗਤ ਅਤੇ ਨਾਨਕ ਨਾਮ ਲੈ ਵਾਲੇ ਲੋਕ ਅਰਦਾਸ ਕਰਦੇ ਆ ਕਿ ਉਹ ਵੀ ISI ਦੀ ਜਿਹੜੀ ਇਹ ਸਾਜਿਸ਼ ਸੀ ਨੰਬਰ 1 ਨੰਬਰ 2 ਜਿਸ ISI ਦੀ ਗੱਲ ਕਰਦੇ ਨੇ ਉਹਨੇ ਉਸੇ ISI ਦੀ ਇੱਕ ਏਜੰਟ ਜਿਹੜੀ ਹੈ ਉਹ ਸਾਡੇ
ਸਾਡੇ ਕੋਲ 2.5 ਸਾਲ ਹੋ ਗਏ ਸਾਡੇ ਸਰਕਾਰੀ ਨਿਵਾਸ ਦੇ ਵਿੱਚ ਹੈਗੇ ਆ, ਠੀਕ ਹੈ ਨਾ, ਉੱਥੋਂ ਦੀ ਡਿਫੈਂਸ ਦੇ ਜਰਨਲਿਸਟ ਹੈਗੇ ਆ, ਅਸੀਂ ਕਹਿ ਸਕਦੇ ਹਾਂ IAS ਤਾਂ ਸਰਕਾਰ ਚਲਾ ਰਹੀ ਹੈ ਪੰਜਾਬ ਦੀ, ਉਦੋਂ ਤਾਂ ਪੰਜਾਬ ਨੂੰ ਖਤਰਾ ਨਹੀਂ ਹੋਇਆ, ਹੁਣ ਕਿੱਧਰੋਂ ਖਤਰਾ ਹੋ ਜਾਣਾ ਪੰਜਾਬ ਨੂੰ? ਮੈਂ ਗਰਵਾਲ ਸਾਹਿਬ ਕਮੈਂਟ ਲੈਣਾ, ਬਰਾੜ ਸਾਹਿਬ ਆ ਰਿਹਾ। ਗਰਵਾਲ ਸਾਹਿਬ, ਤੁਹਾਨੂੰ ਵੀ ਇਹ ਸ਼ੱਕ ਹੈਗਾ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੱਕ ਹੈਗਾ? ਦੇਖੋ, ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਨੇ, ਔਰ ਪ੍ਰਾਈਮ ਮਿਨਿਸਟਰ ਔਰ ਚੀਫ ਮਿਨਿਸਟਰ ਔਰ ਹੋਮ ਮਿਨਿਸਟਰ ਕੋਲ ਬਹੁਤ ਸਾਰੀਆਂ ਸੂਚਨਾਵਾਂ ਹੁੰਦੀਆਂ ਨੇ, ਪਰ ਮੈਂ ਇਹਦੇ 'ਚ ਇੱਕ ਗੱਲ ਕਹਿਣਾ ਕਿ ਇਹ ਕੈਪਟਨ ਸਾਹਿਬ ਕੋਲ ਜੋ ਸੂਚਨਾ ਕੇਂਦਰ ਸਰਕਾਰ ਕੋਲ ਹੈ ਜਾਂ ਨਹੀਂ? ਬਿਲਕੁਲ ਹੈਗੀਆਂ ਨੇ। ਗ੍ਰਹਿ ਮੰਤਰਾਲੇ ਨੂੰ ਵੀ ਇਹੀ ਖਦਸ਼ਾ ਤਾਂ ਪ੍ਰਗਟ ਵੀ ਕਰ ਚੁੱਕੇ, ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਸੁਣ ਲਓ। ਉਹ ਇਹ ਆ ਕਿ ਇਹ ਉਸ ਵਿਅਕਤੀ ਦੇ ਵਿਵੇਕ 'ਤੇ ਹੁੰਦਾ ਕਿ ਕਿਸ ਸਮੇਂ ਇਸ ਨੂੰ ਡਿਸਕਲੋਜ਼ ਕਰਨਾ ਜਾਂ ਨਹੀਂ ਕਰਨਾ। ਇਹ ਜਿਹੜਾ ਸਮਾਂ ਸੀ ਇਹ ਇਸ ਤਰ੍ਹਾਂ ਦੇ ਡਿਸਕਲੋਜ਼ਰ ਦਾ ਨਹੀਂ ਸੀਗਾ। ਤੁਹਾਨੂੰ ਲੱਗਦਾ ਕੈਪਟਨ ਸਾਹਿਬ ਨੇ ਕਾਹਲੀ ਕੀਤੀ? ਇਹ ਨਹੀਂ, ਇਹਦੇ 'ਚ ਕਰਨਾ, ਕਿਉਂਕਿ ਲਾਂਘੇ ਦੇ ਉੱਪਰ ਇਹਨਾਂ ਚੀਜ਼ਾਂ ਦਾ ਪ੍ਰਭਾਵ ਵੀ ਪੈ ਸਕਦਾ ਪਾਕਿਸਤਾਨ ਦੇ। ਪਰ ਅਕਾਲੀ ਦਲ ਇਹ ਗੱਲ ਨਹੀਂ ਮੰਨਦਾ ਪਿਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਅਕਾਲੀ ਦਲ ਇਸ ਗੱਲ ਨੂੰ ਖਾਰਜ ਕਰਦਾ? ਅਕਾਲੀ ਦਲ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਮੋਢੋ ਖਾਰਜ ਕਰ ਰਿਹਾ ਲਗਾਤਾਰ? ਨਹੀਂ ਨਹੀਂ, ਉਹ ਖਦਸ਼ੇ ਠੀਕ ਨੇ, ਪਰ ਇਸ ਸਮੇਂ ਦੀ ਕਿਹੜਾ ਭਾਈ ਵਾਲਾ ਤੋਂ ਵੱਖਰੀ ਰਾਏ ਹੈ ਨਾ। ਬਰਾੜ ਸਾਹਿਬ, ਮੈਂ ਇੱਕ ਗੱਲ ਕਹਾਂ ਕਿ ਜੇ ਕੋਈ ਵੱਡੀਆਂ ਗੱਲਾਂ ਹੋਣ ਜਾਂ ਬਹੁਤ ਵੱਡੀਆਂ ਲੋੜ ਹੋਵੇ ਸਮੇਂ ਦੀ ਕਰਨ ਦੀ, ਤਾਂ ਪ੍ਰਧਾਨ ਮੰਤਰੀ ਸਾਹਿਬ ਵੀ ਕਰਦੇ ਅਤੇ ਦੇਸ਼ ਦੇ ਗ੍ਰਹਿ ਮੰਤਰੀ ਵੀ ਕਰਦੇ। ਮੁੱਖ ਮੰਤਰੀ ਸਾਹਿਬ ਦਾ ਉਸ ਸਮੇਂ 'ਤੇ ਬੋਲਣਾ, ਆਪ ਹੀ ਖੀਰ ਬਣਾ ਲੈਣੀ, ਆਪ ਹੀ ਰੇਤਾ ਪਾਈ ਜਾਣਾ ਵਿੱਚ, ਇਹ ਸਾਨੂੰ ਤਾਂ ਨਹੀਂ ਚੰਗਾ ਲੱਗਿਆ, ਔਰ ਅਸੀਂ ਖਾਰਜ ਵੀ ਕਰਦੇ ਹਾਂ ਇਸ ਗੱਲਾਂ ਨੂੰ। ਜੇ ਹੈਗੇ ਤਾਂ ਇਹ ਏਜੰਸੀਆਂ ਦੀਆਂ ਇਨਪੁੱਟਸ ਅੰਦਰ ਰੱਖੀਆਂ ਜਾਂਦੀਆਂ, ਨਾ ਕਿ ਪਬਲਿਕਲੀ ਬਿਆਨ ਦਿੱਤੇ ਜਾਂਦੇ। ਇੱਕ ਦੂਜੀ ਮੈਂ ਬੇਨਤੀ ਕਰਦੇ, ਜਿਹੜੀ ਵਿਕਰਮ ਜੀ ਨੇ ਗੱਲ ਕੀਤੀ ਹੈ, ਮੈਂ ਦੋ ਜਾਣਕਾਰੀਆਂ ਸਾਂਝੀਆਂ ਕਰ ਰਹੀ ਹਾਂ, ਕਿਰਪਾ ਕਰਕੇ ਕਾਹਲੀ ਨਾ ਕਰਿਓ। 2300 ਬੰਦਾ ਸਾਡਾ ਅੱਜ 12-14 ਦਿਨ ਦੋ ਜਥੇ ਸਾਡੇ ਲਾ ਕੇ ਆਏ ਆ। ਜੇ ਉਹਨਾਂ 2300 ਬੰਦੇ ਦੇ ਵਿੱਚੋਂ 12-14 ਦਿਨ ਉੱਥੇ ਲਾਉਣ ਨਾਲ ਕੋਈ ਮੋਡਿਊਲ ਨਹੀਂ ਬਣਦਾ ਜਾਂ ਕੋਈ ਅੱਤਵਾਦ ਨਹੀਂ ਬਣ ਕੇ ਆਉਂਦਾ, ਤਾਂ ਫਿਰ ਸਾਡਾ ਇਹ 3 ਘੰਟਿਆਂ ਨਾਲ ਕੀ ਬਣ ਜੂਗਾ? ਇੱਕ ਇਹ ਖਦਸ਼ੇ ਇਹੋ ਜਿਹੇ ਨਹੀਂ ਜ਼ਾਹਰ ਕਰਨੇ ਚਾਹੀਏ। ਦੂਜੀ ਮੈਂ ਬੇਨਤੀ ਕਰਦਾ, ਜਿਹੜਾ ਉੱਥੇ ਇੱਕ ਪਰਿਵਾਰ ਦਾ ਸੀ ਕਿ ਮੇਰੀ ਵਾਈਫ ਨੂੰ ਤਾਂ ਜਾਣ ਦਾ ਦੇਤਾ ਅਤੇ ਬਾਕੀਆਂ ਨੂੰ ਸਾਨੂੰ ਨਹੀਂ ਮਿਲਿਆ, ਉਹਦੇ 'ਚ ਇੱਕ ਕੋਲਮ ਬਣਿਆ ਗਰੁੱਪ ਦਾ ਵੀ, ਜੇ ਤੁਸੀਂ ਗਰੁੱਪ 'ਚ ਜਾ ਰਹੇ ਹੋ ਉਹਦੇ 'ਚ ਵੇਖਣ ਵਾਲੇ ਨੂੰ ਭਰਨ ਵਾਲੇ ਨੂੰ ਇਹ ਲੱਗਦਾ ਵੀ ਮੈਂ ਪਰਿਵਾਰ ਦਾ ਹੈੱਡ ਹੈਗਾ, ਮੇਰੇ ਨਾਂ ਦੇ ਉੱਤੇ ਭਰਿਆ ਗਿਆ ਅਤੇ ਬਾਕੀਆਂ ਦੇ ਮੈਂ ਨਾਂ ਲਿਖਦਾ। ਇਹ ਨਹੀਂ ਹੋਣਾ, ਤੁਸੀਂ ਨਾ ਸਿਰਫ ਉਹ ਜਾਣਕਾਰੀ ਲਈ ਪੁੱਛਦੇ ਹੋ ਵੀ ਤੁਹਾਡੇ ਨਾਲ ਕੋਈ ਗਰੁੱਪ 'ਚ ਜਾਣ ਰਿਹਾ ਕਰ ਰਿਹਾ ਅਤੇ ਉਹ ਕੌਣ ਜਾ ਰਿਹਾ, ਪਰ ਭਰਨਾ ਸਭ ਨੂੰ ਫਾਰਮ ਇਕੱਲੇ ਇਕੱਲੇ ਨੂੰ ਵੱਖਰੋ ਵੱਖਰਾ ਪੈਣਾ, ਕਿਰਪਾ ਕਰਕੇ ਇੱਕ ਤਾਂ ਇਹ ਨੋਟ ਕਰਨ ਵਾਲੀ ਗੱਲ ਹੈ। ਦੂਜੀ ਮੈਂ ਬੇਨਤੀ ਕਰਾਂ ਕਿ ਜੇ $20 ਜਿਹੜੀ ਫੀਸ ਲੱਗਣੀ ਹੈ, ਕਿਰਪਾ ਕਰਕੇ ਇਹ ਆਪਾਂ ਇੱਥੋਂ ਹੀ ਮਨੀ ਐਕਸਚੇਂਜ ਤੋਂ ਐਕਸਚੇਂਜ ਕਰਾ ਕੇ ਜਾਓ ਤਾਂ ਕਿ ਉੱਥੇ ਸਮਾਂ ਵੀ ਨਾ ਬਰਬਾਦ ਹੋਵੇ ਅਤੇ ਕਈ ਵਾਰੀ ਉੱਥੇ ਟਾਈਮ ਲੱਗਦਾ। ਮਹਿੰਗਾ ਤਾਂ ਨਹੀਂ ਖਰ ਹਾਲੇ ਤੀਕ ਆਈ ਗੱਲ ਸਾਹਮਣੇ, ਪਰ ਉੱਥੇ ਟਾਈਮ ਬਹੁਤ ਲੱਗਦਾ, ਲਾਈਨ ਲੱਗ ਜਾਂਦੀ ਹੈ। ਫਿਰ ਦੂਜਾ ਇਹ ਹੈ 11,000 ਤੋਂ ਜਿਹੜੀ ਘੱਟ ਅਸੀਂ ਕਰੰਸੀ ਲੈ ਕੇ ਜਾਣੀ ਹੈ, ਮੱਥਾ ਤੁਸੀਂ ਇੰਡੀਅਨ ਕਰੰਸੀ ਨਾਲ ਵੀ ਟੇਕ ਸਕਦੇ ਹੋ, ਰੁਮਾਲਾ ਸਾਹਿਬ ਤੁਸੀਂ ਇੱਧਰੋਂ ਲਿਜਾ ਸਕਦੇ ਹੋ, ਇਸ ਕਰਕੇ ਬਾਕੀ ਦੀ ਉੱਧਰ ਕੋਈ ਬੋਦਰੇਸ਼ਨ ਕੋਈ ਨਹੀਂ। ਸਿਰਫ ਅਪਲਾਈ ਕਰਨ ਵੇਲੇ ਜਿਹੜੀ ਪਾਸਪੋਰਟ ਵਾਲੀ ਗੱਲ ਹੈ, ਇਹੀ ਸਾਡੇ ਲਈ ਵੱਡੀ ਹੈ, ਔਰ ਮੈਂ ਇਹਨਾਂ ਨੇ ਤਾਂ 60% ਕਹਿਤਾ, ਮੈਨੂੰ ਤਾਂ ਇਹ ਲੱਗਦਾ ਸ਼ਾਇਦ 80-90% ਕੋਲ ਪੰਜਾਬੀ ਦੇ ਪਿੰਡਾਂ ਵਾਲਿਆਂ ਕੋਲ ਜਿਹੜੀ ਹੈ ਉਹ ਪਾਸਪੋਰਟ ਨਹੀਂ ਹੋਣਗੇ। ਇਸ ਕਰਕੇ ਜੇ ਪਾਸਪੋਰਟ ਵਾਲੀ ਗੱਲ ਵੇਵ ਹੋ ਜੇ ਤਾਂ ਮੇਰਾ ਖਿਆਲ ਹੈ ਸਾਡੇ ਲਈ ਸਭ ਤੋਂ। ਤੁਸੀਂ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਚੰਗੀ ਤਰ੍ਹਾਂ ਉਠਾਓਗੇ? ਜੇ ਪਾਕਿਸਤਾਨ ਦੀ ਸਰਕਾਰ ਮੰਨ ਲੇ ਤੇ ਹਿੰਦੁਸਤਾਨ ਦੀ ਸਰਕਾਰ ਤੋਂ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਇੱਕ ਬੇਨਤੀ ਕਰਾਂ ਤੇ ਮੈਂ ਬੇਨਤੀ ਨਾਲ ਅਸੀਂ ਇਹ ਵੀ ਕਰਾਂਗੇ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਉਹ ਪਾਕਿਸਤਾਨ ਦੀ ਸਰਕਾਰ ਨਾਲ ਗੱਲ ਕਰੇ ਕਿ ਇਹ 3-4-5 ਘੰਟਿਆਂ ਦੀ ਗੱਲ ਹੈਗੀ ਹੈ ਤੇ ਇਸ ਨੂੰ ਜ਼ਰੂਰ ਵੇਵ ਕੀਤਾ ਜਾਵੇ। ਪਾਸਪੋਰਟ ਦੀ ਪਾਸਪੋਰਟ ਰਿਮੂਵਲ ਵਾਲੀ ਸ਼ਰਤ ਹੈ ਜਿਹੜੀ ਉਹ ਹਟਾਈ ਜਾ ਸਕਦੀ ਆ? ਨਹੀਂ, ਆਈ ਥਿੰਕ ਇੰਡੀਆ ਦੀ ਸਾਈਡ ਬਹੁਤ ਐਡਮੈਂਟ ਹੈ ਤੇ ਇਹ ਇਹਨਾਂ ਦੀ ਗਲਤ ਫਹਿਮੀ ਹੈ ਕਿ ਇੰਡੀਆ ਸਾਈਡ ਅਗਰੀ ਕਰ ਜਾਊਗੀ। ਇੰਡੀਆ ਸਾਈਡ ਇਜ਼ ਈਵਨ ਮੋਰ ਡਿਟਰਮਿਨਡ ਟੂ ਹੈਵ ਪਾਸਪੋਰਟ। ਨਹੀਂ, ਉਹ ਕਹਿ ਰਹੇ ਅਸੀਂ ਮਜਬੂਰ ਕਰਾਂਗੇ ਕੇਂਦਰ ਸਰਕਾਰ, ਇਹਨਾਂ ਨੇ ਆਪਣੇ ਕਰਨ ਤੋਂ ਦੇ ਡੂ ਇਟ, ਬੜੀ ਵਧੀਆ ਗੱਲ ਹੈ। ਔਰ ਦੂਜੀ ਗੱਲ, ਆਈ ਵੁੱਡ ਸੁਜੈਸਟ ਕਿ ਸਾਡੇ ਸ਼ਰਧਾਲੂ ਉਹ ਜਾਂਦੇ ਨੇ ਪਾਕਿਸਤਾਨ, ਉੱਥੇ ਫੋਰਨ ਐਕਸਚੇਂਜ ਕਰਦੇ ਨੇ $20, ਉੱਥੇ ਉਹਨੂੰ 17-1800 ਰੁਪਏ ਲੱਗਦੇ ਨੇ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਗਵਰਨਮੈਂਟ ਆਫ ਇੰਡੀਆ ਕਿਉਂ ਨਹੀਂ ਇੱਕ ਫੋਰਨ ਐਕਸਚੇਂਜ ਕਾਊਂਟਰ, ਇਮੀਗ੍ਰੇਸ਼ਨ ਕਾਊਂਟਰ ਨਾਲ ਸੈਟਅਪ ਕਰਦੇ ਨੇ। ਖੁੱਲ ਗਿਆ ਜੀ, ਉੱਥੇ ਵੀ ਖੁੱਲ ਗਿਆ, ਉੱਥੇ ਵੀ ਖੁੱਲ ਗਿਆ। ਚਲੋ ਚਲੋ, ਬਹੁਤ ਧੰਨਵਾਦ ਵਿਕਰਮ ਜੀ ਤੁਹਾਡਾ, ਨੀਰਜ ਸਾਹਿਬ ਤੁਹਾਡਾ, ਚੰਨੀ ਬਰਾੜ ਤੁਹਾਡਾ, ਬਹੁਤ ਧੰਨਵਾਦ, ਸਦੇ ਸਿੰਘ ਰੋਪੜ ਤੁਹਾਡਾ, ਬਹੁਤ ਧੰਨਵਾਦ, ਹਰਜੀਤ ਸਿੰਘ ਗਰੇਵਾਲ ਤੁਹਾਡਾ, ਬਹੁਤ ਧੰਨਵਾਦ। ਸਿਆਸੀ ਲੀਡਰਾਂ ਨੂੰ ਇਹ ਮੰਚ 'ਚ ਅਪੀਲ ਕਰਦਾ ਹੈਗਾ ਕਿ ਪੋਲੀਓ ਡਰੋਪ ਬਾਰੇ ਨਾ ਤੁਸੀਂ ਦੱਸੋ, ਤੁਸੀਂ ਸ਼ਰਧਾਲੂਆਂ ਨੂੰ, ਸੰਗਤ ਨੂੰ, ਜਾਣ ਵਾਲਿਆਂ ਨੂੰ ਬਲੱਡ ਗਰੁੱਪ ਬਾਰੇ ਦੱਸੋ ਕਿ ਤੁਹਾਨੂੰ ਬਲੱਡ ਗਰੁੱਪ ਦਾ ਪਤਾ ਹੋਣਾ ਚਾਹੀਦਾ, ਤੁਸੀਂ ਪਾਸਪੋਰਟ ਕਿੰਨੇ KB ਦਾ ਸਕੈਨ ਕਰਨਾ ਹੈਗਾ, ਕਿੰਨੇ KB ਦੀ ਪਿਕਚਰ ਜਿਹੜੀ ਅਪਲੋਡ ਹੋ ਸਕਦੀ ਹੈ ਉਸ ਬਾਰੇ ਦੱਸੋ। ਤੁਸੀਂ ਉਹਨਾਂ ਨੂੰ ਇਹ ਦੱਸੋ ਕਿ $20 ਜਿਹੜੇ ਤੁਸੀਂ ਮਨੀ ਐਕਸਚੇਂਜ ਕਿਵੇਂ ਕਰਾਉਣੀ ਹੈਗੀ, ਤੁਸੀਂ ਉਸ ਬਾਰੇ ਦੱਸੋ। ਤੁਸੀਂ ਇਹ ਦੱਸੋ ਕਿ ਪਾਸਪੋਰਟ ਵੈਲਿਡ ਹੋਣਾ ਚਾਹੀਦਾ, ਤੁਸੀਂ ਇਹ ਉਹਨਾਂ ਨੂੰ ਦੱਸੋ ਕਿ ਪੁਲਿਸ ਵੈਰੀਫਿਕੇਸ਼ਨ ਹੋਵੇਗੀ, ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸੋ। ਉਹਨਾਂ ਨੂੰ ਗੁੰਝਲ ਦੇ ਵਿੱਚ ਨਾ ਪਾਓ, ਗੁੰਝਲਾਂ ਦਾ ਹੱਲ ਕਰੋ,
ਸੀ ਉਹ ਪੂਰੀਆਂ ਹੋਈਆਂ ਤੇ ਅਰਦਾਸਾਂ ਦੇ ਵਿੱਚ ਆਪਦੀ ਸਿਆਸਤ ਨਾ ਕਰੋ, ਕਿਰਪਾ ਕਰਕੇ ਉਹਨਾਂ ਨੂੰ ਜਾਗਰੂਕ ਕਰੋ। ਜੇ ਸੰਗਤ ਨੂੰ ਤੁਸੀਂ ਜਾਗਰੂਕ ਕਰੋਗੇ ਤੇ ਵੱਡੇ ਵੱਡੇ ਜਿਹੜੇ ਤੁਸੀਂ ਬੋਰਡ ਲਾਉਣੇ ਹੈਗੇ ਆ, ਜੇ ਉਹਨਾਂ ਰਸਤਿਆਂ ਤੇ ਇਹ ਬੋਰਡ ਲਾ ਦਿੱਤਾ ਜਾਵੇ, ਜਿਵੇਂ ਟੋਲ ਟੈਕਸ ਜੋ ਕਟਾਉਂਦੇ ਆ ਤੇ ਉਦੋਂ ਬੋਰਡ ਲੱਗੇ ਹੁੰਦੇ ਆ, ਕਹਿੰਦਾ ਕੱਟਿਆ ਜਾਊਗਾ ਕਹਿੰਦਾ ਨਹੀਂ ਕੱਟਿਆ ਜਾਊਗਾ, ਕਹਿੰਦਾ ਕੀ ਚਾਹੀਦਾ ਕਹਿੰਦਾ ਕੀ ਚਾਹੀਦਾ, ਇਹੋ ਜਿਹੇ ਬੋਰਡ ਉੱਥੇ ਵੀ ਲਾਏ ਜਾ ਸਕਦੇ ਆ। ਬੜਾ ਖਰਚਾ ਨਹੀਂ ਹੋਣਾ ਗਾ, ਖਰਚਾ ਜਿਹੜੇ ਇਸ਼ਤਿਹਾਰ ਤੁਸੀਂ ਕਰਦੇ ਹੈਗੇ ਆ ਇਹਨਾਂ ਇਸ਼ਤਿਹਾਰਾਂ 'ਤੇ ਥੋੜ੍ਹਾ ਬਹੁਤ ਖਰਚਾ ਕਰ ਦਿਓ ਜਾਂ ਜੋ ਸੰਗਤ ਨੂੰ ਆਸਾਨੀ ਹੋ ਸਕੇ। ਜਿਹੜੇ ਸਵਾਲ ਬਾਕੀ ਰਹਿ ਗਏ ਉਹ ਸਵਾਲ ਪੁੱਛਦਾ ਰਹੂੰਗਾ, ਕਿਉਂਕਿ ਵਿਕਰਮਜੀਤ ਹਰਾ ਨੇ ਗੱਲ ਕਹੀ ਹੈਗੀ ਹੈ ਕਰਤਾਰਪੁਰ ਲਾਂਘੇ ਨੂੰ ਆਈਸੋਲੇਸ਼ਨ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ, ਲਾਰਜਰ ਪਿਕਚਰ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈਗਾ ਅਤੇ ਇਹ ਭਵਿੱਖ ਦੀ ਸ਼ਾਂਤੀ ਦਾ ਰਾਹ ਹੈਗਾ ਦੋਹਾਂ ਮੁਲਕਾਂ ਦੇ ਵਿਚਾਲੇ। ਜੇ ਤੁਸੀਂ ਇਹ ਅਰਦਾਸ ਕਰਦੇ ਰਹੋਗੇ ਕਰਤਾਰਪੁਰ ਲਾਂਘੇ 'ਤੇ ਸੰਕਟ ਕਦੇ ਨਹੀਂ ਆਏਗਾ। ਬਹੁਤ ਧੰਨਵਾਦ।